ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ, ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਮ ਹੈ ਨਿਊਜ਼ ਬਿਹਾਈਂਡ ਨਿਊਜ਼। ਇਹ ਸਾਡਾ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹੈ ਲਾਈਵ, ਜਿਹਦੇ ਵਿੱਚ ਅਸੀਂ ਰੱਖਦੇ ਹਾਂ ਪੰਜਾਬ ਦੇ ਨਾਲ ਰਿਲੇਟਡ ਮੁੱਦੇ, ਖਾਸ ਕਰਕੇ ਉਹ ਮੁੱਦੇ ਜਿਨ੍ਹਾਂ 'ਤੇ ਮਾਹੌਲ ਜ਼ਿਆਦਾਤਰ ਗਰਮ ਹੁੰਦਾ, ਜਿਨ੍ਹਾਂ 'ਤੇ ਗੱਲ ਕਰਨੀ ਬਣਦੀ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਹਿਯੋਗੀ ਹਮੇਸ਼ਾ ਰਹਿੰਦੇ ਨੇ, ਕੁਲਵੰਤ ਸਿੰਘ ਜੀ, ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਕੁਲਵੰਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਜੀ। ਅਤੇ ਅਕਸਰ ਹੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹ ਉਹ ਪੱਤਰਕਾਰ ਨੇ ਜਿਹੜੇ ਹਰ ਖਬਰ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਚੋੜ ਕੱਢ ਕੇ ਸਾਡੇ ਕੋਲ ਲੈ ਕੇ ਆਉਂਦੇ ਨੇ ਅਤੇ ਦਰਸ਼ਕਾਂ ਨੂੰ ਦੱਸਦੇ ਨੇ ਕਿ ਅਸਲੀਅਤ ਕੀ ਸੀ, ਸੱਚਾਈ ਕੀ ਸੀ ਅਤੇ ਹੁਣ ਅਖੀਰਲਾ ਟਾਈਮ ਜਿਹੜਾ ਦਾ ਕੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ। ਸੋ ਤੁਹਾਡੇ ਵੀ ਰਿਲੇਟਡ ਜਾਂ ਨੇੜੇ ਤੇੜੇ ਕੋਈ ਵੀ ਖਬਰ ਹੁੰਦੀ ਹੈ ਤਾਂ ਤੁਸੀਂ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਅਤੇ ਜਿਹੜੇ ਸਾਡੇ ਮੁੱਦੇ ਹੁੰਦੇ ਨੇ ਉਹਨਾਂ 'ਤੇ ਵੀ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ, ਜਿਹਦੇ ਲਈ ਨੰਬਰ ਹੈਗੇ ਨੇ ਜੀ 201-301-2785, ਅਗਲਾ ਨੰਬਰ ਹੈਗਾ 0175-5156-155। ਇਹਨਾਂ ਨੰਬਰਾਂ 'ਤੇ ਤੁਸੀਂ ਸਾਨੂੰ ਕਾਲ ਕਰਨੀ ਹੈ, ਸਾਡੇ ਰੱਖੇ ਹੋਏ ਮੁੱਦਿਆਂ 'ਤੇ ਗੱਲਬਾਤ ਕਰਨੀ ਹੈ ਅਤੇ ਆਪਦਾ ਵੀ ਕੋਈ ਮੁੱਦਾ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਸੋ ਅੱਜ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਆਪਾਂ ਗੱਲ ਕਰਾਂਗੇ ਉਹ ਕਰਾਂਗੇ ਵਿੱਦਿਅਕ ਅਦਾਰੇ ਨਾਲ ਰਿਲੇਟਡ, ਯਾਨੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਮੁੱਦਾ ਇਸ ਵਕਤ ਬਹੁਤ ਹੀ ਜ਼ਿਆਦਾ ਭਖਿਆ ਹੋਇਆ। ਵਿਦਿਆਰਥੀਆਂ ਨੇ ਬਹੁਤ ਸਾਰੀਆਂ ਮੰਗਾਂ ਰੱਖੀਆਂ ਨੇ, ਵਿਦਿਆਰਥੀ ਲਗਾਤਾਰ ਪਿਛਲੇ 2 ਦਿਨਾਂ ਤੋਂ ਧਰਨੇ 'ਤੇ ਨੇ। ਯੂਨੀਵਰਸਿਟੀ ਬੰਦ ਹੈ, ਮੁੜ ਖੁੱਲ੍ਹਣ ਦੀ ਸੰਭਾਵਨਾ ਕਦੋਂ ਆ ਇਹ ਨਹੀਂ ਪਤਾ। ਅਤੇ ਕੁਲਵੰਤ ਜੀ, ਉੱਥੇ ਗੱਲ ਆ ਜਾਂਦੀ ਹੈ ਕਿ ਇੱਕ ਵਿੱਦਿਆ ਦਾ ਅਦਾਰਾ ਹੋਣਾ ਅਤੇ ਉੱਥੇ ਇਹ ਸਾਰੀਆਂ ਪ੍ਰੋਬਲਮਸ ਦਾ ਕ੍ਰੀਏਟ ਹੋਣਾ, ਵਿਦਿਆਰਥੀਆਂ ਦਾ ਧਰਨੇ 'ਤੇ ਬਹਿਣਾ, ਆਪਾਂ ਇਹ ਕਹਿ ਦਿੰਦੇ ਹਾਂ ਕਿ ਐਡਮਿਸ਼ਨਾਂ ਦਾ ਦੌਰ ਵੀ ਚੱਲ ਰਿਹਾ ਅਤੇ ਗਾਹਾਂ ਵਾਲੇ ਜਿਹੜੇ ਪੇਪਰ ਨੇ ਉਹ ਵੀ ਤਕਰੀਬਨ ਸਟਾਰਟ ਹੋਣ 'ਤੇ ਨੇ, ਹੈ ਨਾ, ਤਾਂ ਇਹ ਸਭ ਦੇ ਦੌਰਾਨ ਕੀ ਸਭ ਕੁਛ ਠੀਕ ਹੈ? ਦੇਖੋ, ਅਲੱਗ ਅਲੱਗ ਜੇਕਰ ਦੇਖਿਆ ਜਾਵੇ ਵਿਦਿਆਰਥੀਆਂ ਦੀ ਸੋਚ ਆਪਣੀ ਹੈ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਸੋਚ ਆਪਣੀ ਹੈ ਜੀ। ਯੂਨੀਵਰਸਿਟੀ ਪ੍ਰਸ਼ਾਸਨ ਦਾ ਜਿਹੜਾ ਫਰਜ਼ ਹੈ ਉਹ ਵਿਦਿਆਰਥੀਆਂ ਨੂੰ ਚੰਗੀ ਪੜ੍ਹਾਈ ਦੇ ਨਾਲ ਨਾਲ, ਚੰਗੇ ਮਾਹੌਲ ਦੇ ਨਾਲ ਨਾਲ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਦਾ ਮੁੱਦਾ ਵੀ ਜਿਹੜਾ ਸਭ ਤੋਂ ਅਹਿਮ ਰਹਿੰਦਾ ਜੀ। ਇਹਨੂੰ ਦੇਖਦਿਆਂ ਹੋਇਆਂ ਵਿਦਿਆਰਥੀਆਂ ਦੀ ਮੰਗ ਇਹ ਹੈ ਕਿ ਉਹ ਮੇਨ ਜਿਹੜਾ ਮੁੱਦਾ ਜਿਹੜਾ ਜਿਸ ਕਰਕੇ ਜਿਹੜਾ ਚਾਰੇ ਪਾਸੇ ਰੌਲਾ ਪੈ ਰਿਹਾ ਵੀ ਉਹ ਹੋਸਟਲ ਦੇ ਵਿੱਚ ਜਿਹੜਾ 24 ਘੰਟੇ ਜਿਹੜਾ ਉਹ ਖੁੱਲ੍ਹ ਦਿੱਤੀ ਜਾਵੇ, ਜੇਕਰ ਮੇਲ ਸਟੂਡੈਂਟਸ ਨੂੰ ਦਿੱਤੀ ਜਾਂਦੀ ਤਾਂ ਫੀਮੇਲ ਸਟੂਡੈਂਟਸ ਨੂੰ ਵੀ ਦਿੱਤੀ ਜਾਵੇ ਜੀ। ਕੁਛ ਮੰਗਾਂ ਹੋਰ ਨੇ, ਖਾਣੇ ਨੂੰ ਲੈ ਕੇ ਵੀ ਮੰਗਾਂ ਨੇ, ਪਰ ਜਿਹੜਾ ਮੇਨ ਜਿਹੜਾ ਹੈ ਉਹ ਇਹ ਮੁੱਦਾ ਜਿਹੜਾ ਸੀਗਾ 24 ਘੰਟੇ ਖੁੱਲ੍ਹਾ ਰੱਖਣ ਦਾ, ਇਹ ਸੁਰੱਖਿਆ ਨਾਲ ਜੁੜਿਆ ਹੋਇਆ ਸੀ ਅਤੇ ਇਸ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਸੀ ਉਹਨਾਂ ਦਾ ਆਪਣਾ ਤਰਕ ਸੀ, ਵਿਦਿਆਰਥੀਆਂ ਦਾ ਆਪਣਾ ਤਰਕ ਸੀ, ਪਰ ਜਿੱਥੇ ਗੱਲ ਆ ਕੇ ਅੜ ਗਈ ਉਹ ਸੀਗੀ ਉੱਥੇ ਵਿਦਿਆਰਥੀ ਗੁੱਟਾਂ ਦੇ ਵਿੱਚ ਆਪੋ ਦੇ ਵਿੱਚ ਲੜਾਈ ਝਗੜਾ ਹਿੰਸਾ ਹੋਣਾ, ਇਹਨੂੰ ਲੈ ਕੇ ਕੰਮ ਜਿਹੜਾ ਕਾਫੀ ਸੀਰੀਅਸ ਹੋ ਗਿਆ ਸੀਗਾ, ਜਿਹਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇੱਕ ਅਹਿਮ ਫੈਸਲਾ ਲੈਣਾ ਪਿਆ। 2 ਦਿਨ ਵਾਸਤੇ ਯੂਨੀਵਰਸਿਟੀ ਬੰਦ ਕੀਤੀ ਗਈ, ਜਦਕਿ ਵਿੱਚ ਜਿਹੜੀਆਂ 2 ਛੁੱਟੀਆਂ ਵੀ ਆ ਗਈਆਂ ਤਾਂ ਉਹ 4 ਮੰਨੀਆਂ ਗਈਆਂ। ਬਿਲਕੁਲ। ਸੋ ਕੁੱਲ ਮਿਲਾ ਕੇ ਮਾਹੌਲ ਜਿਹੜਾ ਇਸ ਟਾਈਮ ਗਰਮ ਹੈ, ਜਿਹੜਾ 24 ਤਰੀਕ ਤੱਕ ਯੂਨੀਵਰਸਿਟੀ ਜਿਹੜੀ ਆ ਉਹ ਬੰਦ ਕੀਤੀ ਗਈ ਹੈ। ਸੋ ਹਾਲਾਤ ਇਹ ਬਣੇ ਹੋਏ ਨੇ ਕਿ ਬਾਹਰ ਬੈਠੇ, ਕਿਉਂਕਿ ਯੂਨੀਵਰਸਿਟੀ ਦੇ ਅੰਦਰ ਜੋ ਕੁਛ ਹੋ ਰਿਹਾ ਹੈ ਉਸ ਨੂੰ ਬਾਹਰ ਬੈਠੇ ਲੋਕ ਸਿਰਫ ਐਨਾਲਿਸਿਸ ਕਰ ਸਕਦੇ ਨੇ। ਬਿਲਕੁਲ। ਜਿੰਨੇ ਲੋਕ ਬਾਹਰ ਬੈਠੇ ਨੇ ਉਹਨਾਂ ਦਾ ਇੱਕੋ ਹੀ ਤਰਕ ਹੈ, ਜਿਹੜੀ ਮੇਨ ਜਿਹੜੀ ਗੱਲ ਦੀ ਮੰਗ ਕੀਤੀ ਜਾ ਰਹੀ ਹੈ ਵੀ 24 ਤਰੀਕ ਤੱਕ ਜਿਸ ਕਾਰਨ ਬੰਦ ਹੋਇਆ ਵੀ 24 ਘੰਟੇ ਜਿਹੜਾ ਉਹ ਯੂਨੀਵਰਸਿਟੀ ਦੇ ਹੋਸਟਲ, ਲੜਕੀਆਂ ਦੇ ਹੋਸਟਲ ਜਿਹੜੇ ਨੇ ਉਹ ਖੁੱਲ੍ਹੇ ਰਹਿਣ, ਕਿਉਂਕਿ ਮੇਲ ਅਤੇ ਫੀਮੇਲ ਨੂੰ ਸੰਵਿਧਾਨ ਦੇ ਵਿੱਚ ਹੱਕ ਬਰਾਬਰ ਹੈ ਅਤੇ ਇਸ ਕਰਕੇ ਮੇਲ ਅਤੇ ਫੀਮੇਲ ਦੇ ਵਿੱਚ ਜਿਹੜਾ ਡਿਸਕ੍ਰਿਮੀਨੇਸ਼ਨ, ਜਿਹੜਾ ਭੇਦਭਾਵ ਨਹੀਂ ਹੋਣਾ ਚਾਹੀਦਾ। ਸੋ ਹਾਲੇ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਉਹ ਇਸ ਬਾਰੇ ਜਿਹੜਾ ਉਹਨਾਂ ਰੁੱਖ ਜਿਹੜਾ ਉਹ ਕੋਈ ਬਹੁਤਾ ਵਧੀਆ ਨਰਮ ਨਹੀਂ ਹੋ ਪਾਇਆ, ਆਪਣੀ ਆਪਣੀ ਜਿਹੜੀ ਸੋਚ ਹੈ। ਬਾਹਰ ਬੈਠੇ ਲੋਕਾਂ ਦਾ ਤਰਕ ਇਹ ਹੈ ਕਿ ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਇਸ ਤਰ੍ਹਾਂ ਦੀ ਖੁੱਲ੍ਹ ਦੇਣਾ ਵੀ ਚਾਹੁੰਦਾ ਤਾਂ ਪਹਿਲਾਂ ਮਾਂ ਬਾਪ ਤੋਂ ਜਿਹੜਾ ਉਹ ਅੰਡਰਟੇਕਿੰਗ ਲੈ ਲੈਣ, ਜਿਹੜੇ ਵਿਦਿਆਰਥੀਆਂ ਨੂੰ ਮਾਂ ਬਾਪ ਕਹਿ ਦਿੰਦੇ ਨੇ ਵੀ ਉਹ ਇਹਦੇ ਵਿੱਚ ਉਹਨਾਂ ਨੂੰ ਖੁੱਲ੍ਹ ਦੇਣ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਸੋ ਹਾਲੇ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਆਪਣੀ ਗੱਲ ਦੇ ਉੱਤੇ ਹੈ ਅਤੇ ਜਿਹੜੇ ਸਟੂਡੈਂਟਸ ਨੇ ਉਹ ਆਪਣੀ ਗੱਲ ਦੇ ਉੱਤੇ ਨੇ ਜੀ। ਕੱਲ੍ਹ ਸਾਡੀ ਆਈ ਹੈ, ਉਹਦੇ ਨਾਲ ਅਸੀਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ, ਇੱਥੋਂ ਮਿਸ਼ੀਗਨ ਤੋਂ ਜੀ। ਗੁਰਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਤੁਹਾਡਾ ਕੀ ਕਹਿਣਾ ਜੀ ਅੱਜ ਦੇ ਮੁੱਦੇ ਤੇ? ਅੱਜ ਦੇ ਮੁੱਦੇ ਤੇ ਤਾਂ ਸੌਰੀ, ਮੈਂ ਜ਼ਿਆਦਾ ਮੈਨੂੰ ਨੌਲੇਜ ਨਹੀਂ, ਪਰ ਮੈਂ ਨਾ ਵੈਸੇ ਹੀ ਜਨਰਲ ਪੰਜਾਬ ਦੇ ਹਾਲਾਤਾਂ ਤੇ ਕੁਛ ਕਹਿਣਾ ਚਾਹੁੰਦਾ, ਜੇ ਤੁਸੀਂ ਮਾਈਂਡ ਨਾ ਕਰੋਗੇ ਤਾਂ। ਜੀ ਜੀ ਜੀ, ਦੱਸੋ। ਅੱਜ ਇਹ ਜਿਹੜਾ ਕੁਛ ਹੋ ਰਿਹਾ ਜੀ, ਆਪਾਂ ਸਾਰਿਆਂ ਨੂੰ ਪਤਾ ਹੈ ਵੀ 80s ਤੇ 90s ਦੇ ਵਿੱਚ ਕਿੰਨਾ ਬੁਰਾ ਹਾਲ ਹੋਇਆ ਸਟੇਟ ਦਾ ਜੀ, ਤੇ ਇਹ
ਜਿਹੜੀ ਕਾਂਗਰਸ ਪਾਰਟੀ ਹੈ ਨਾ ਇਹ ਬੜੀਆਂ ਚਾਲਾਂ ਚੱਲਦੀ ਹੈ ਅਕਾਲੀਆਂ ਨੂੰ ਫਿਲ ਕਰਨ ਲਈ ਤੇ ਦੇ ਐਂਡ ਅਪ ਡਿਸਟਰੋਇੰਗ ਦਾ ਹੋਲ ਪੰਜਾਬ। ਪਹਿਲਾਂ ਵੀ ਇਹ ਜਦੋਂ ਰਾਜੀਵ ਗਾਂਧੀ ਲਾਈਵ ਸੀ ਜੀ ਜੋ ਵੀ ਉਹਨਾਂ ਨੇ ਮਤਲਬ ਜੋ ਕੁਛ ਕੀਤਾ ਜਾਂ ਗਿਆਨੀ ਜੈਲ ਸਿੰਘ ਨੇ ਜੋ ਚਾਲਾਂ ਚੱਲੀਆਂ ਅਕਾਲੀ ਦਲ ਦੇ ਖਿਲਾਫ ਉਹ ਸਾਰਾ ਕੁਛ, ਮੈਂ ਅਕਾਲੀ ਦਲ ਦਾ ਬਿਗ ਫੈਨ ਨਹੀਂ ਗਾ ਪਰ ਮੇਰਾ ਪੁਆਇੰਟ ਇਹ ਹੈ ਕਿ ਲੋਕ ਹੁਣ ਇਹ ਗੱਲ ਸਮਝ ਰਹੇ ਆ ਜਿਹੜੇ ਅੱਜ ਕੱਲ੍ਹ ਦੇ ਝੂਠੇ ਧਰਮ ਦੇ ਠੇਕੇਦਾਰ ਜਿਵੇਂ ਆਹ ਕੋਈ ਡਾਡੂਵਾਲ ਜਾਂ ਕੋਈ ਹੋਰ ਲੋਕ ਹੈ ਇਹ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਅਸਲੀ ਮੁੱਦਿਆਂ ਤੋਂ ਪਾਸੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਆ। ਜੀ ਪੰਜਾਬ ਦੇ ਲੋਕਾਂ ਦਾ ਇਹ ਦਿਖਾਤ ਹੈ ਕਿ ਅਸੀਂ ਕਿਤੇ ਵੀ ਕਿਸ਼ਤੀ ਉਲਟਦੀ ਹੈ ਕੋਈ ਵੀ ਦੁਰਘਟਨਾ ਹੁੰਦੀ ਕਿਸੇ ਦੁਨੀਆਂ ਦੇ ਕਿਸੇ ਰਿਵਰ 'ਚ ਜਾਂ ਓਸ਼ਨ 'ਚ ਤਾਂ ਉੱਥੇ ਪੰਜ ਸੱਤ ਪੰਜਾਬੀ ਮੁੰਡੇ ਮਾਰਦੇ ਆ ਕਿਉਂਕਿ ਉਹ ਬੇਰੁਜ਼ਗਾਰੀ ਦਾ ਕਰਕੇ ਉੱਥੋਂ ਬਾਹਰ ਨਿਕਲਣਾ ਚਾਹੁੰਦੇ। ਇਹਦੇ ਬਾਰੇ ਕੋਈ ਨਹੀਂ ਗੱਲ ਕਰ ਰਿਹਾ, ਕੋਈ ਇੰਡਸਟਰੀ ਦੀ ਪਾਲਿਸੀ ਨਹੀਂ, ਕੋਈ ਕੁਛ ਨਹੀਂ, ਇਹ ਅਕਾਲੀ ਕਾਂਗਰਸੀ ਆਪਦਾ ਸ਼ੋਅ ਕਰ ਰਿਹਾ ਫ੍ਰੈਂਡਲੀ ਮੈਚ ਜੋ ਵੀ ਹੈ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਝੂਠੇ ਧਰਮ ਦੇ ਠੇਕੇਦਾਰ ਆ ਜਿਵੇਂ ਜੋ ਬੈਠੇ ਇੱਥੇ ਵਰਗਾੜੀ ਪਖੰਡ ਕਰ ਰਹੇ ਆ ਜੀ ਇਹਨਾਂ ਲੋਕਾਂ ਨੂੰ ਆਮ ਜਨਤਾ ਸਮਝੇ ਕਿਉਂਕਿ ਜਿਹੜਾ ਵੀ ਕਿਸੇ ਵੀ ਬੰਦੇ ਦਾ ਧਰਮ ਹੈ ਉਹਦਾ ਤੇ ਉਹਦੇ ਰੱਬ ਦੇ ਵਿੱਚ ਸਿੱਧਾ ਕਨੈਕਸ਼ਨ ਹੈ, ਧਰਮ ਦੇ ਠੇਕੇਦਾਰਾਂ ਦਾ ਕੋਈ ਲੈਣਾ ਦੇਣਾ। ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਤੁਸੀਂ ਸਾਡੇ ਨਾਲ ਜੁੜੇ ਅਤੇ ਇਸ ਮੁੱਦੇ 'ਤੇ ਕੁਲਵੰਤ ਜੀ ਤੁਹਾਡਾ ਕੀ ਕਹਿਣਾ? ਦੇਖੋ ਮੈਂ ਇਹਨਾਂ ਦਾ ਨਾਮ ਤਾਂ ਨਹੀਂ ਸੋਰੀ ਮੈਂ ਚੰਗੀ ਤਰ੍ਹਾਂ ਸੁਣ ਪਾਇਆ ਪਰ ਜਿਸ ਤਰ੍ਹਾਂ ਦਾ ਇਹਨਾਂ ਨੇ ਮੁੱਦਾ ਰੱਖਿਆ ਹੈ ਵੀ ਕੁਛ ਹੱਦ ਤੱਕ ਮੈਂ ਇਹਨਾਂ ਨਾਲ ਸਹਿਮਤ ਹਾਂ, ਕਈ ਚੀਜ਼ਾਂ ਇਹਨਾਂ ਨੇ ਆਪਣੇ ਇਹਨਾਂ ਦੇ ਵਿਚਾਰ ਆਪਣੇ ਨਿੱਜੀ ਵਿਚਾਰ ਨੇ ਸੋ ਉਹਨਾਂ ਦੀ ਇਹ ਆਪਣੇ ਨਿੱਜੀ ਵਿਚਾਰਾਂ ਦੇ ਬਾਰੇ ਇਹਨਾਂ ਬਾਰੇ ਮੈਂ ਜ਼ਿਆਦਾ ਕੁਛ ਨਹੀਂ ਬੋਲ ਪਾਵਾਂਗਾ ਲੇਕਿਨ ਜਿਸ ਤਰ੍ਹਾਂ ਦਾ ਇਹਨਾਂ ਦੇ ਵਿੱਚੋਂ ਕਰਕਸ ਨਿਕਲ ਕੇ ਆਇਆ ਗੱਲ ਦੇ ਵਿੱਚੋਂ ਉਹ ਨਿਕਲ ਕੇ ਆਇਆ ਕਿ ਇਸ ਵੇਲੇ ਬੇਦਬੀ ਕਾਂਡ ਦੇ ਮੁੱਦੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਰਾਜਨੀਤੀ ਅੱਗੇ ਵੱਧ ਰਹੀ ਹੈ ਉਸ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਵਿਕਾਸ ਦੇ ਮੁੱਦੇ ਜਿਹੜੇ ਨੇ ਉਹ ਕਿਤੇ ਪਿੱਛੇ ਛੁੱਟ ਕੇ ਰਹਿ ਗਏ ਨੇ। ਆਪਸ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ, ਜਿਸ ਮੁੱਦੇ ਦੇ ਉੱਤੇ ਸਰਕਾਰਾਂ ਬਦਲੀਆਂ ਸੀ ਅਤੇ ਜਿਸ ਮੁੱਦੇ ਨੂੰ ਲੈ ਕੇ ਸਰਕਾਰ ਜਿਹੜੀ ਹੈ ਵਾਅਦੇ ਲੈ ਕੇ ਉਹ ਆਈ ਸੀ ਉਹ ਮੁੱਦੇ ਅੱਜ ਕਿਤੇ ਬਹੁਤ ਪਿੱਛੇ ਛੁੱਟ ਚੁੱਕੇ ਨੇ। ਸਿਰਫ ਅਤੇ ਸਿਰਫ ਇਸ ਵੇਲੇ ਬੇਅਦਬੀ ਕਾਂਡ ਇਨਸਾਫ਼ ਨਹੀਂ ਮਿਲ ਰਿਹਾ ਜਾਂ ਕਿਹੜੀ ਪਾਰਟੀ ਇਹਦੇ 'ਚ ਕਸੂਰਵਾਰ ਹੈ, ਕਿਹੜੀ ਪਾਰਟੀ ਜਿਹੜੀ ਉਹ ਇਹਦੇ ਵਿੱਚ ਅੱਗੇ ਇਨਸਾਫ਼ ਲੈਣ ਲਈ ਜ਼ੋਰ ਪਾ ਰਹੀ ਹੈ, ਸਿਰਫ ਇਹੀ ਮੁੱਦਾ ਬਣ ਕੇ ਰਹਿ ਗਿਆ। ਸੋ ਹਲੇ ਤੱਕ ਜਿਹੜਾ ਉਹਨਾਂ ਦੀ ਗੱਲ ਨਾਲ ਮੈਂ ਕੁਛ ਹੱਦ ਤੱਕ ਸਹਿਮਤ ਹਾਂ ਕਿ ਜਿਹੜੇ ਅਸਲ ਮੁੱਦੇ ਨੇ ਉਹ ਪਿੱਛੇ ਛੁੱਟ ਕੇ ਰਹਿ ਗਏ ਨੇ। ਵਾਕਿਆ ਜੀ ਜਿਹੜੇ ਅਸਲ ਮੁੱਦੇ ਨੇ ਉਹ ਤਾਂ ਪਿੱਛੇ ਛੁੱਟੀ ਗਏ ਨੇ। ਖੈਰ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੇ ਕਿਹੜੇ ਮੁੱਦੇ ਲਈ ਸਾਨੂੰ ਫੋਨ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ। ਨਹੀਂ ਹੋਰ ਠੀਕ ਹੈ ਬਸ। ਸਾਹਿਬ ਤੁਸੀਂ, ਮੈਂ ਤੁਹਾਡੀ ਗੱਲ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਕਿ ਤੁਸੀਂ ਇਹ ਕਿਹਾ ਵੀ ਰਾਤ ਨੂੰ ਆਜ਼ਾਦੀ ਨਹੀਂ ਹੋਣੀ ਚਾਹੀਦੀ, ਤੁਸੀਂ ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓਗੇ ਕਿ ਕਿਉਂਕਿ ਮੈਨੂੰ ਤੁਹਾਡੀ ਇਸ ਤਰ੍ਹਾਂ ਲੱਗ ਰਿਹਾ ਵੀ ਤੁਸੀਂ ਇੱਕ ਮਤਲਬ ਪੇਰੈਂਟਸ ਹੋਣ ਦੇ ਨਾਤੇ ਤੁਸੀਂ ਇਹ ਗੱਲ ਕਹਿ ਰਹੇ ਹੋ, ਤੁਸੀਂ ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓਗੇ ਵੀ ਕੀ ਤੁਹਾਡੀ ਇਹਦੇ ਪਿੱਛੇ ਸੋਚ ਕੀ ਹੈ? ਨਹੀਂ ਸੋਚ ਇਉਂ ਆ, ਦੇਖੋ ਵੀ ਦੇਖੋ ਟਾਈਮ ਦਾ, ਦੇਖੋ ਕਿਹੜਾ ਟਾਈਮ ਤਾਂ ਆਪਾਂ ਅੱਗੇ ਹੁਣ ਦੀ ਗੱਲ ਨਹੀਂ ਕਰਦੇ, ਪਹਿਲਾਂ ਵੀ ਆਪਾਂ ਕੁੜੀਆਂ ਨੂੰ ਕਿੰਨਾ ਕੁ ਆਪਾਂ ਬਾਹਰ ਘੱਟ ਜਾਣ ਦਿੰਦੇ ਹਾਂ ਵੀ ਭਾਈ ਜੋਰਸ਼ਿਪ ਤੋਂ ਬਾਹਰ ਨਹੀਂ ਜਾਣਾ ਹੈ ਪਿੰਡਾਂ 'ਚ ਵੀ। ਹੁਣ ਜੇ ਇੱਥੇ ਆਪਾਂ ਕੁੜੀਆਂ ਨਹੀਂ ਜਾਂਦੇ ਜਾਵਾਂਗੇ, ਮਾਂ ਪਿਓ ਦਾ ਕਹਿੰਦੇ ਵੀ ਅਸੀਂ ਕੁੜੀ ਖਰਚਾ ਭਰਦੇ ਹਾਂ ਹੋਟਲ 'ਚ ਵੀ ਸਾਡੀ ਕੁੜੀ ਸੇਫ ਆ ਉੱਥੇ, ਜੇ ਹੁਣ ਇੱਥੇ ਰਾਤੋਂ ਫਿਰੀ ਜਾਣਗੀਆਂ ਫਿਰ ਤਾਂ ਕੋਈ ਮਤਲਬ ਨਹੀਂ ਰਿਹਾ, ਜਿਹਨੇ ਨੇ ਫਿਰ ਆਜ਼ਾਦੀ ਲੈਣੀ ਉਹ ਫਿਰ ਬਾਹਰ ਜਾ ਕੇ ਊਂ ਪੜ੍ਹ ਲੈਣਾ ਵੀ ਭਾਈ ਆਜ਼ਾਦ ਹੀ ਰਹਿਣਾ, ਇਹਨੇ ਘਰੋਂ ਰਹਿਣਾ ਨਹੀਂ ਅਸੀਂ। ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਆਪਣੇ ਸਭ ਕਿ ਜਿਹੜਾ ਆਜ਼ਾਦੀ ਹੈ ਉਹ ਆਪਣੀ ਥਾਂ ਦੇ ਉੱਤੇ ਹੈ, ਸੁਰੱਖਿਆ ਜਿਹੜੀ ਜਿਹੜਾ ਪ੍ਰਬੰਧ ਕਰਨੇ ਨੇ ਉਹ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਕੰਮ ਨੇ, ਆਪਾਂ ਨੂੰ ਸਰਕਾਰਾਂ ਦੇ ਉੱਤੇ ਜ਼ਿਆਦਾ ਦਬਾਅ ਪਾਉਣਾ ਚਾਹੀਦਾ ਸੀ ਅਤੇ ਆਪਣੇ ਬੱਚਿਆਂ ਦੇ ਮੇਰੀ ਗੱਲ ਤਾਂ ਸੁਣੋ ਨਾ। ਜੀ ਜੀ ਰਾਤ ਹੁਣ ਕਿੰਨੀ ਕੁ ਸਿਕਿਉਰਟੀ ਦੇ ਦੇਣਗੇ? ਰਾਤ ਹੁਣ ਆਪਾਂ ਦੇਖੋ ਪਿੰਡਾਂ 'ਚ ਆਪਾਂ ਘਰਾਂ 'ਚ ਗੁਆਂਢੀਆਂ 'ਚ ਗੁਆਂਢ ਦਾ ਹੀ ਭਰੋਸਾ ਹੈਗਾ, ਕਿੰਨੀ ਸਿਕਿਉਰਟੀ ਦੇਵੋ ਤੁਸੀਂ? ਹੁਣ ਆਪਾਂ ਗੁਟਕਿਆਂ ਹੀ ਕਹਿੰਦੇ ਹਾਂ ਵੀ ਗੁਟਕਾ ਪਾੜਦਾ, ਹੁਣ ਚਾਹੇ ਬੰਦਾ ਗਵਾਂਢ ਜੇ ਬੰਦਾ ਨਾਲੀ ਛੱਡ ਦੇ ਕੇ ਗਵਰਨਮੈਂਟ ਕੀ ਕਰੂਗੀ, ਪੁਲਿਸ ਕੀ ਕਿਹਨੂੰ ਫੜ ਲਊਗੀ? ਬਿਲਕੁਲ, ਮੈਂ ਇੱਕ ਪਿਤਾ ਹੋਣ ਦੇ ਨਾਤੇ, ਇੱਕ ਵੱਡੇ ਹੋਣ ਦੇ ਨਾਤੇ ਮੈਂ ਤੁਹਾਡੀ ਇਸ ਭਾਵਨਾ ਦੀ ਕਦਰ ਕਰਦਾ, ਪਰ ਵਿਦਿਆਰਥੀਆਂ ਦੀ ਇਹਦੇ ਪਿੱਛੇ ਆਪਣੀ ਸੋਚ ਹੈ ਅਤੇ ਤੁਹਾਡੀ ਆਪਣੀ ਸੋਚ ਹੈ, ਅਤੇ ਫਿਰ ਇਹਦੇ ਤੁਸੀਂ ਹੱਲ ਕੀ ਕਹਿੰਦੇ ਹੋ ਜਦੋਂ ਦੋਨਾਂ ਪਾਸੇ ਦਾ ਟਕਰਾਅ ਲੱਗਦਾ? ਜਿਹੜਾ ਟਾਈਮ ਨਾ ਚੁਣੀ ਵਾੜਾ ਰੱਖਿਆ ਆ ਦਿਨੇ ਘੁੰਮ ਲੈਣ, ਕੁਛ ਹਜ਼ਾਰ 8-9 ਰਾਤ ਨੂੰ ਘੁੰਮਦੇ ਆਉਂਦੇ ਉੱਥੇ, ਉਹਨਾਂ 'ਚ ਜਿੰਨੇ ਟਾਈਮ ਹੈਗਾ ਉਹਨਾਂ 'ਚ ਘੁੰਮ ਲੈਣ ਵਿੱਚ, ਇਹ ਨਹੀਂ ਵੀ ਰਾਤਾਂ ਨੂੰ ਬਾਹਰ ਨਿਕਲ ਜਾਣਾ, ਜੇ ਮੁੰਡਿਆਂ ਦੀ ਗੱਲ ਮੁੰਡਿਆਂ ਨੂੰ ਆਪਾਂ ਕੁੜੀਆਂ ਨੂੰ ਕਿਵੇਂ ਲਾ ਦੇਵਾਂਗੇ?
ਤੂੰ ਦੇਖ ਕਿਹੜਾ ਤੇ 6-6 ਸਾਲ ਦੇ ਕੁੜੀ ਦੇ 4-4 ਸਾਲ ਦੇ ਕੁੜੀ ਦਾ ਰੇਪ ਹੋਈ ਜਾਂਦੇ ਨੇ। ਜੀ 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 ਪੰਦੇਟ ਸਾਹਿਬ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਬਣੇ ਤੇ ਇੱਕ ਬਾਪ ਦੀ ਅਹਿਮੀਅਤ ਨਾਲ ਆਪਾਂ ਇਸ ਕਾਲ ਨੂੰ ਲਈਏ, ਹਨਾ ਕਿ ਬੱਚੀਆਂ ਦੀ ਸੁਰੱਖਿਆ ਦੇ ਲਈ ਹਰ ਬਾਪ ਨੂੰ, ਹਰ ਮਾਪਿਆਂ ਨੂੰ ਟੈਨਸ਼ਨ ਹੁੰਦੀ ਹੈ ਕਿ ਸਾਡੀਆਂ ਬੱਚੀਆਂ ਸੇਫ ਰਹਿਣ। ਖਾਸ ਕਰਕੇ ਆਪਾਂ ਕਹੀਏ ਕਿ ਕਿਤੇ ਵੀ ਆਪਾਂ ਬੱਚੀਆਂ ਨੂੰ ਲਾਉਣਾ ਤਾਂ ਆਪਾਂ ਪਹਿਲਾਂ ਇਹ ਚੀਜ਼ ਭਾਲਦੇ ਹਾਂ ਕਿ ਉੱਥੇ ਹੋਸਟਲ ਹੈ, ਕਿ ਸਾਡੀਆਂ ਬੱਚੀਆਂ ਸਾਡੀਆਂ ਨਜ਼ਰਾਂ ਤੋਂ ਦੂਰ ਨੇ, ਉੱਥੇ ਸੁਰੱਖਿਅਤ ਨੇ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਨਵਦੀਪ ਜੀ। ਮੈਂ ਇਸੇ ਕਰਕੇ ਇੱਕ, ਮੈਨੂੰ ਇਸ ਤਰ੍ਹਾਂ ਲੱਗਿਆ ਵੀ ਜਿਸ ਤਰ੍ਹਾਂ ਇੱਕ ਬਾਪ ਦੀ ਹੈਸੀਅਤ ਨਾਲ, ਇੱਕ ਵੱਡੇ ਦੀ ਹੈਸੀਅਤ ਨਾਲ ਇਹਨਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਬਿਲਕੁਲ। ਸੋ ਮੇਰਾ ਇਹਨਾਂ ਨੂੰ ਸਵਾਲ ਕਰਨ ਦਾ ਮਕਸਦ ਇਹ ਸੀ ਕਿ ਇਹ ਦੱਸਣ ਵੀ ਇਹਦੇ ਉਹਨਾਂ ਦੀ ਪਿੱਛੇ ਸੋਚ ਦੇ ਪਿੱਛੇ, ਇਹ ਜੋ ਇਹਨਾਂ ਨੇ ਬੋਲਿਆ ਉਹਦੇ ਪਿੱਛੇ ਸੋਚ ਕੀ ਹੈ, ਇਹਨਾਂ ਦਾ ਕਾਰਨ ਕੀ ਹੈ। ਸੋ ਇਹਨਾਂ ਦੀ ਸੋਚ ਜਦੋਂ ਕਿਤੇ ਸਾਡੇ ਵਿਦਿਆਰਥੀਆਂ ਨੂੰ ਇਹ ਸੁਣਨਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ ਵੀ ਮਾਂ ਬਾਪ ਜਿਹੜੇ ਨੇ ਉਹ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਉਹ ਕੀ ਚਾਹੁੰਦਾ, ਉਹਨਾਂ ਦੇ ਪਿੱਛੇ ਦੀ ਸੋਚ ਕੀ ਹੈ, ਕਿਉਂ ਉਹਨਾਂ ਦੇ ਪਿੱਛੇ ਹਾਲੇ ਤੱਕ ਰਿਸਟ੍ਰਿਕਸ਼ਨ ਲੱਗੀਆਂ ਹੋਈਆਂ ਨੇ। ਮੈਂ ਇਹਨਾਂ ਨੂੰ ਸਵਾਲ ਜਿਹੜਾ ਰਿਪੀਟ ਕਰਨ ਦਾ, ਜਿਹੜਾ ਮੇਰਾ ਮਕਸਦ ਇਹਨਾਂ ਦੇ ਪਿੱਛੇ ਇਹ ਸੀ ਵੀ ਇਹਨਾਂ ਦੇ ਪਿੱਛੇ ਦੀ ਗੱਲ ਵੀ ਨਿਕਲ ਕੇ ਸਾਹਮਣੇ ਆਏ, ਸਿਰਫ ਗੱਲ ਇਹ ਨਾ ਹੋਵੇ ਵੀ ਕਿਉਂ ਰੋਕ ਲਗਾਈ ਜਾਵੇ, ਰੋਕ ਕਿਉਂ ਲਗਾਈ ਜਾਵੇ, ਮੁੱਦਾ ਆਇਆ। ਬਿਲਕੁਲ। ਇੱਕ ਨਵੇਂ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ ਜੀ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਸਤਿ ਸ੍ਰੀ ਅਕਾਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ ਜੀ ਫਤਿਹ, ਕੌਣ ਬੋਲ ਰਹੇ ਹੋ ਜੀ? ਜੀ ਮੈਂ ਹਰਜੀਤ ਸਿੰਘ ਬੋਲਦਾ ਜੀ, ਸਿਆਟਲ ਤੋਂ। ਜੀ ਹਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਤੁਹਾਡਾ ਕੀ ਕਹਿਣਾ ਜੀ ਅੱਜ ਦੇ ਮੁੱਦੇ ਤੇ? ਹਾਂਜੀ ਦੇਖੋ ਜੀ, ਦੋ ਗੱਲਾਂ ਮੈਂ ਕਹਿਣੀਆਂ ਸੀ। ਮੈਂ ਆਪ ਪੰਜਾਬ ਯੂਨੀਵਰਸਿਟੀ ਚ, ਪੰਜਾਬ ਯੂਨੀਵਰਸਿਟੀ ਚ ਪੜ੍ਹੇ ਆ ਜੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਇੱਥੇ ਤੱਕ ਤੇ ਹਾਂਜੀ, ਉੱਥੇ ਵੀ ਇਹੀ ਸਿਸਟਮ ਹੈ, ਰਾਤ ਨੂੰ ਹੋਸਟਲ ਲੋਕ ਬੰਦ ਕਰ ਦਿੰਦੇ ਜਿੱਥੇ ਜਾਂਦੇ ਨੇ। ਦੇਖੋ ਜੀ, ਇੱਕ ਤਾਂ ਜਿਹੜਾ ਸੇਫਟੀ ਦਾ ਮੁੱਦਾ ਨਾ, ਜਿਹੜੇ ਲੋਕ ਕਹਿੰਦੇ ਨੇ ਜਿਵੇਂ ਹੋਸਟਲਾਂ ਨੂੰ ਬੰਦ ਕਰਨਾ ਜ਼ਰੂਰੀ ਹੈ ਕਿਉਂਕਿ ਸੇਫਟੀ ਹੈ, ਇਹ ਗਲਤ ਹੈ। ਕਿਉਂਕਿ ਸੇਫਟੀ ਆਉਂਦੀ ਹੈ, ਤੁਸੀਂ ਕੈਂਪਸ ਨੂੰ ਲੌਕ ਕਰੋ ਰਾਤ ਨੂੰ 11:30 ਜਾਂ 12 ਵਜੇ ਤੋਂ ਬਾਅਦ। ਹੋਸਟਲ ਨੂੰ ਲੌਕ ਕਰਨ ਦਾ ਕੀ ਮਤਲਬ ਹੈ? ਹੋਸਟਲ ਕੋਈ ਤਿਹਾੜ ਜੇਲ੍ਹ ਹੈ? ਹੋਸਟਲ ਚ ਬੱਚਾ, ਹੋਸਟਲ ਚੋਂ ਨਿਕਲ ਕੇ ਉਹਨੇ ਕਿਤੇ ਲਾਇਬ੍ਰੇਰੀ ਜਾਣਾ, ਆਪਣੇ ਦੋਸਤਾਂ ਨੂੰ ਵੀ ਮਿਲਣਾ, ਬਾਹਰ ਪਾਰਕ ਚ ਬੈਠਣਾ, ਬੈਠੇ ਕੈਂਪਸ ਨੂੰ ਲੌਕ ਕਰ ਦਿੱਤਾ ਜਾਵੇ ਰਾਤ ਨੂੰ ਤਾਂ ਸੇਫ ਹੈ ਕੈਂਪਸ? ਬਿਲਕੁਲ। ਤਾਂ ਜੇ ਗੱਲ ਇਹ ਹੈ, ਇਹ ਸਿੰਪਲ ਜੀ ਗੱਲ ਆ, ਸਾਨੂੰ ਸਭ ਨੂੰ ਸਮਝ ਆਉਂਦੀ ਹੈ। ਲੇਕਿਨ ਲੋਕ ਕਹਿਣਗੇ ਨਹੀਂ, ਹੋਸਟਲ ਨੂੰ ਬੰਦ ਕਰੋ, ਉਹਨੂੰ ਤਾਲੇ ਲਾਓ, ਕੁੜੀਆਂ ਦੇ ਹੋਸਟਲ ਨੂੰ ਖਾਸ ਕਰਕੇ ਲਾਓ, ਮੁੰਡਿਆਂ ਦੇ ਜਿਹੜੇ ਨਾ ਲਾਓ, ਕਿਉਂਕਿ ਇਹਦਾ ਸਿੰਪਲ ਕਾਰਨ ਹੈ ਜੀ, ਇਹ ਸਾਡੀ ਸੋਸਾਇਟੀ ਦਿੱਕਤ ਹੈ। ਸਾਡੀ ਸੋਸਾਇਟੀ ਸਾਡੀ ਕੁੜੀਆਂ ਨੂੰ ਸੈਕਸੁਅਲਿਟੀ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਕਿਸੇ ਤਰੀਕੇ ਨਾਲ। ਮਾਂ ਬਾਪ ਨੂੰ ਇਹੀ ਫਿਕਰ ਖਾਂਦਾ ਰਹਿੰਦਾ ਕਿ ਵਿਆਹ ਤੋਂ ਪਹਿਲਾਂ ਸਾਡੀ ਕੁੜੀ ਸੈਕਸ ਨਾ ਕਰ ਲਵੇ। ਸਾਰੀ ਦਿੱਕਤ ਇਹ ਹੈ ਜੀ। ਇਹ ਜਿੰਨੇ ਤੁਹਾਡੇ ਪਾਸ ਨੂੰ ਮਾਂ ਬਾਪ ਫੋਰ ਕਰ ਰਹੇ ਨੇ, ਸੇਫਟੀ ਸੂਫਟੀ ਦੀ ਚਿੰਤਾ ਨਹੀਂ ਤਾਂ ਉੱਥੇ ਭੇਜ ਦੀ ਗੱਲ ਘਰ ਦੇ ਅੰਦਰ ਤਾਲਾ ਲਾ ਲਓ। ਹਰਦੀਪ ਜੀ, ਮੈਂ ਤੁਹਾਡੇ ਨਾਲ ਇੱਕ ਖੁੱਲ ਕੇ ਗੱਲ ਕਰੋ ਜੀ। ਹਰਦੀਪ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗਾ, ਤੁਹਾਡੇ ਨਾਲ ਸਵਾਲ ਵੀ ਕਰਨਾ ਚਾਹਾਂਗਾ ਕਿ ਤੁਸੀਂ ਗੱਲ ਕੀਤੀ ਹੈ ਕਿ ਯੂਨੀਵਰਸਿਟੀ ਦੇ ਅੰਦਰ ਜਿਹੜੇ ਹੋਸਟਲ ਜਿਹੜੇ ਆ ਉਹ ਖੁੱਲ੍ਹੇ ਰਹਿਣ, ਕੈਂਪਸ ਜਿਹੜਾ ਉਹ ਲੌਕ ਕੀਤਾ ਜਾਵੇ, ਅਤੇ ਜਿਹੜੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਹਦੇ ਪਿੱਛੇ ਸੋਚ ਰਹਿੰਦੀ ਹੈ ਉਹ ਇਹ ਰਹਿੰਦੀ ਹੈ ਕਿ ਜੇਕਰ ਮੁੰਡੇ ਕੁੜੀਆਂ ਅੰਦਰ ਕੋਈ ਵਾਰਦਾਤ ਹੋ ਜਾਂਦੀ ਹੈ ਆਪਸ ਦੇ ਵਿੱਚ, ਤਾਂ ਉਸ ਦੇ ਨਾਲ ਜਿਹੜੀ ਹੈ ਪੂਰੀ ਦੀ ਪੂਰੀ ਜ਼ਿੰਮੇਵਾਰੀ ਜਿਹੜੀ ਆ ਉਹ ਯੂਨੀਵਰਸਿਟੀ ਪ੍ਰਸ਼ਾਸਨ ਦੀ ਆ ਜਾਂਦੀ ਹੈ। ਤਾਂ ਕਿਸੇ ਬੰਦੇ ਦੇ ਉੱਤੇ ਦਿਮਾਗ ਦੇ ਵਿੱਚ ਕਦੋਂ ਕੋਈ ਵਾਰਦਾਤ ਕਰਨ ਦਾ ਫਤੂਰ ਸਵਾਰ ਹੋ ਜਾਵੇ, ਇਹ ਕਿਸੇ ਬਾਰੇ ਕਿਹਾ ਨਹੀਂ ਜਾ ਸਕਦਾ। ਯੂਨੀਵਰਸਿਟੀ ਪ੍ਰਸ਼ਾਸਨ ਦੇ ਪਿੱਛੇ ਮੇਰੇ ਵੀ ਕੁਛ ਅਧਿਕਾਰੀਆਂ ਨਾਲ ਗੱਲ ਹੋਈ ਸੀ, ਤਾਂ ਉਹਨਾਂ ਦੇ ਕਹਿਣਾ ਸੀ ਕਿ ਇਹ ਅਜਿਹਾ ਹੋ ਸਕਦਾ, ਪਰ ਜੇਕਰ ਅਜਿਹਾ ਹੁੰਦਾ ਤਾਂ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਪ੍ਰਸ਼ਾਸਨ, ਯੂਨੀਵਰਸਿਟੀ ਪ੍ਰਸ਼ਾਸਨ ਦੀ ਆਉਂਦੀ ਹੈ, ਅਤੇ ਇਸ ਤਰ੍ਹਾਂ ਦਾ ਰਿਸਕ ਲੈਣਾ ਕੋਈ ਵੀ ਨਹੀਂ ਚਾਹੁੰਦਾ। ਮੈਂ ਤੁਹਾਨੂੰ ਦੱਸਦਾ ਜੀ, ਦੇਖੋ ਇਹ ਜਿਹੜਾ ਪ੍ਰਸ਼ਾਸਨ ਹੈ ਨਾ, ਇਹ ਵੀ ਮੇਲ ਆਧਾਰਿਤ ਹੈ ਨਾ ਸਾਰਾ, ਅਤੇ ਉਹ ਆਪਣੀ ਅਸਲੀ ਗੱਲ ਨਹੀਂ ਦੱਸ ਰਹੇ, ਅਸੀਂ ਆਪਾਂ ਹਿਪੋਕ੍ਰੈਟ ਬਣ ਗਏ ਹਾਂ। ਤੁਸੀਂ ਮੈਨੂੰ ਦੱਸੋ ਜੀ, ਜਿਹੜਾ ਕ੍ਰਿਮੀਨਲ ਹੈ ਜਿਹਨੇ ਵਾਰਦਾਤ ਕਰਨੀ ਹੈ, ਉਹਨੇ ਕੋਈ ਇਹਨੂੰ ਨਹੀਂ ਤਾਂ ਕਿਤੇ ਹੋਰ ਮੌਕਾ ਲੱਭ ਲੈਣਾ? ਠੀਕ ਹੈ ਜੀ, ਡਰ ਹੈਗਾ ਆ ਕਿ ਕੰਸੈਂਟਿੰਗ ਅਡਲਟ ਆਪਸ 'ਚ ਸੈਕਸ ਨਾ ਕਰਨ ਰਾਤ ਦੇ ਵੇਲੇ। ਠੀਕ ਹੈ ਜੀ, ਡਰ ਉਹ ਨਹੀਂ ਹੈਗਾ ਕਿ ਕ੍ਰਿਮੀਨਲ ਨੇ ਕਿਸੇ ਨਾਲ ਹਾਦਸਾ ਕਰ ਦੇਣਾ। ਇਹਨਾਂ ਦੇ ਮਨ 'ਚ ਹਾਦਸਾ ਇਹ ਹੈ ਕਿ ਮੁੰਡਾ ਕੁੜੀ ਆਪਣੀ ਮਨ ਮਰਜ਼ੀ ਨਾਲ ਰਾਤ ਦੇ ਵੇਲੇ ਸੈਕਸ ਨਾ ਕਰ ਲੈਣ। ਜੀ, ਬਹੁਤ ਬਹੁਤ ਧੰਨਵਾਦ ਹਰਜੀਤ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਤੁਸੀਂ ਆਪਣਾ ਵੀ ਪੱਖ ਰੱਖਿਆ, ਅਤੇ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ ਜੀ, ਅਸੀਂ ਉਹਨਾਂ ਦੀ ਵੀ ਗੱਲ ਸੁਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਜਰਨੈਲ ਸਿੰਘ ਬੋਲਦਾ ਜੀ, ਆਪਣੇ ਕੈਲੀਫੋਰਨੀਆ ਤੋਂ। ਜੀ ਜਰਨੈਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਹਾਡਾ ਕੀ ਕਹਿਣਾ ਜੀ ਅੱਜ ਦੇ ਮੁੱਦੇ ਤੇ? ਅੱਜ ਦੇ ਮੁੱਦੇ ਤੇ ਮੈਂ ਪਹਿਲਾਂ ਵੀ ਗੱਲ ਸੁਣ ਰਿਹਾ ਸੀਗਾ ਜੀ, ਜਿਹੜੀ ਟਿਵਾਣਾ ਸਾਹਿਬ ਕਰ ਰਹੇ ਸੀਗੇ, ਤੇ ਤੁਹਾਡੀ ਵੀ ਹੋਣ ਵਾਲੀ ਇਸੇ ਮੁੱਦੇ ਵਾਲੀ ਗੱਲਬਾਤ ਸੁਣ ਰਿਹਾ ਸੀ ਜੀ। ਜੇ ਮੇਰਾ ਕਹਿਣਾ ਇਹ ਹੈ ਕਿ ਵੀ ਰਾਤ ਨੂੰ ਖੋਲਣ ਦਾ ਕੋਈ ਮਤਲਬ ਤਾਂ ਹੈ ਨੀਗਾ ਜੀ। ਜੇ ਕੁੜੀਆਂ ਜਿਹੜੀਆਂ ਆਪਦੇ ਥਾਂ ਤੇ ਇਹ ਗੱਲ ਕਹਿੰਦੀਆਂ ਨੇ ਕਿ ਵੀ ਮੁੰਡਿਆਂ ਦੇ ਬਰਾਬਰ ਹੈ,
उन्हां दा भी यह पक्ष जिहड़ा यह ठीक है कि भी जिहड़े मुंडिआं नूं भी जिहड़ा कुड़ियां दे बराबर ही जिहड़ा होस्टल आ उह जिहड़ा रात नूं नहीं खुलना चाहीदा गा क्योंकि आम जिहड़ा उहदे विच देखिआ ही जांदा कि भी जिहड़ा मुंडे भी तां रातां नूं जे जिहड़े हैक ना लड़ाइयां झगड़े इधर उधर ਤੇ ਫਿਰ ਉਹ ਰਾਤਾਂ ਨੂੰ ਬਹੁਤ ਕੁਛ ਹੁੰਦਾ ਹੈ ਕਿ ਨਾ ਬਿਲਕੁਲ ਜੀ ਮੇਰਾ ਤਾਂ ਖਿਆਲ ਹੈ ਕਿ ਵੀ ਕਿਉਂਕਿ ਜੇ ਰਾਤ ਨੂੰ ਜਿਹੜਾ ਹੋਸਟਲ ਹੈ ਉਹ ਬੰਦ ਹੁੰਦਾ ਹੈ ਤਾਂ ਮਾਪੇ ਵੀ ਕਿਤੇ ਨਾ ਕਿਤੇ ਜਿਹੜੇ ਬੇਫਿਕਰੇ ਹੁੰਦੇ ਆ ਕਿ ਵੀ ਦਿਨੇ ਦਿਨੇ ਵੀ ਸਾਡੀਆਂ ਕੁੜੀਆਂ ਨੇ ਪੜ੍ਹਨਾ ਰਾਤ ਨੂੰ ਹੋਸਟਲ 'ਚ ਰਹਿਣਾ ਵੀ ਉਹ ਉੱਥੇ ਨਾ ਕਿਸੇ ਨੇ ਜਾਣਾ ਨਾ ਆਉਣਾ ਤੇ ਵੀ ਸੇਫਟੀ ਹੈ ਨਾ ਤੇ ਬਾਕੀ ਜੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੀਆਂ ਕੁੜੀਆਂ ਦੇ ਖਾਸ ਕਰਕੇ ਜੇ ਮਾਂ ਜਾਂ ਪਿਓ ਉਹਨਾਂ ਦੀ ਜੇ ਵੋਟਿੰਗ ਕਰਾ ਲਈ ਜਾਵੇ ਤਾਂ ਮੇਰਾ ਖਿਆਲ ਹੈ ਕਿ ਵੀ ਜਿਹੜੀ ਬਹੁਗਿਣਤੀ ਜਿਹੜੇ ਮਾਪੇ ਆ ਉਹ ਇਹੀ ਚਾਹੁਣਗੇ ਕਿ ਵੀ ਜਿਹੜੀ ਰਾਤਾਂ ਨੂੰ ਬਾਹਰ ਜਾਣ ਦੀ ਖੁੱਲ ਆ ਉਹ ਨਹੀਂ ਹੋਣੀ ਚਾਹੀਦੀ। ਧੰਨਵਾਦ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜਰਨੈਲ ਜੀ। ਤੇ ਗੱਲ ਉਹੀ ਆ ਜਾਂਦੀ ਆ ਜੀ, ਇਹਨਾਂ ਨੇ ਗੱਲ ਕੀਤੀ ਹੈ ਕਿ ਮਾਪਿਆਂ ਦੀ ਵੋਟਿੰਗ ਹੋਣੀ ਚਾਹੀਦੀ ਆ। ਬਿਲਕੁਲ ਜੀ, ਮੈਂ ਜਰਨੈਲ ਸਿੰਘ ਜੀ, ਹੁਣ ਕੁੱਲ ਮਿਲਾ ਕੇ ਦੇਖਿਆ ਹੋਵੇ ਇਸ ਟਾਈਮ ਆਪਣੇ ਕੋਲ ਤਿੰਨ ਕਲਾਂ ਆਈਆਂ ਨੇ, ਉਹਨਾਂ ਦੇ ਵਿੱਚੋਂ ਮੈਂ ਹੁਣੇ ਦੇਖ ਰਿਹਾ ਸੀ ਕਿ ਦੋ ਕਲਰਸ ਨੇ ਜਿਹੜਾ ਉਹ ਇਸ ਜਿਹੜਾ ਆਪਣੇ ਗੱਲ ਜੋ ਆਪਾਂ ਮੁੱਦਾ ਰੱਖਿਆ ਉਹਦੇ ਵਿੱਚ ਨਾ ਕਹੀ ਹੈ ਅਤੇ ਇੱਕ ਕਲਰ ਨੇ ਹਾਂ ਕਹੀ ਹੈ। ਸੋ ਬਹੁ ਗਿਣਤੀ ਹਾਲੇ ਤੱਕ ਜਿਹੜੀ ਆ ਉਹ ਨਾ ਵਾਲੀ ਆ ਰਹੀ ਹੈ। ਸੋ ਕੁੱਲ ਮਿਲਾ ਕੇ ਜਿਹੜਾ ਜਿਵੇਂ ਇਹਨਾਂ ਨੇ ਕਿਹਾ ਕਿ ਵੋਟਿੰਗ ਕਰਾ ਲੈਣੀ ਚਾਹੀਦੀ ਹੈ, ਵੋਟਿੰਗ ਤੋਂ ਭਾਵ ਇਹ ਹੈ ਕਿ ਵੋਟਿੰਗ ਤੋਂ ਪਿੱਛੇ ਦੀ ਜਿਹੜੀ ਜਿਹੜੀ ਗੱਲ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਨੁਸਾਰ ਜਿਸ ਤਰ੍ਹਾਂ ਜਿਹੜੇ ਹੋਰ ਲੋਕ ਜਿਸ ਤਰ੍ਹਾਂ ਦੀ ਮੰਗ ਕਰ ਰਹੇ ਨੇ ਉਹ ਇਹ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਮਾਂ ਬਾਪ ਤੋਂ ਲਿਖਤੀ ਤੌਰ 'ਤੇ ਲੈ ਲਵੇ ਕਿ ਜਿਹੜੇ ਮਾਂ ਬਾਪ ਜਿਹੜੇ ਆ ਉਹ ਇਹ ਕਹਿੰਦੇ ਨੇ ਕਿ ਹਾਂ ਜੀ ਸਾਡੇ ਬੱਚੇ ਨੂੰ ਖੁੱਲ੍ਹ ਦਿੱਤੀ ਜਾਵੇ ਤਾਂ ਉਹ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਜਾ ਸਕਦੀ ਹੈ ਵੀ ਉਹ ਆ ਸਕਦੇ ਨੇ। ਬਟ ਇਹ ਦੇਖਿਆ ਜਾਏਗਾ ਕਿ ਜ਼ਿਆਦਾ ਬਹੁ ਗਿਣਤੀ ਜਿਹੜੀ ਆ ਮਾਂ ਬਾਪ ਹਾਂ ਕਰਦੇ ਨੇ ਕਿ ਨਾ ਗਿਣਦੇ ਨੇ, ਅਤੇ ਜੇਕਰ ਬਹੁ ਗਿਣਤੀ ਹਾਂ ਕਰਦੇ ਨੇ ਤਾਂ ਉਹ ਖੁੱਲ੍ਹ ਮਿਲਣੀ ਚਾਹੀਦੀ ਹੈ, ਜੇ ਬਹੁ ਗਿਣਤੀ ਨਾ ਕਰਦੇ ਨੇ ਤਾਂ ਉਹ ਖੁੱਲ੍ਹ ਨਹੀਂ ਮਿਲਣੀ ਚਾਹੀਦੀ। ਇਹ ਰਿਟਰਨ ਦੇ ਵਿੱਚ ਉਹਨਾਂ ਤੋਂ ਲੈਣਾ ਚਾਹੀਦਾ। ਵੋਟਿੰਗ ਵਾਲੀ ਗੱਲ ਇਹਨਾਂ ਨੇ ਕੀ ਹੈ ਉਹ ਵੋਟਿੰਗ ਵਾਲੇ ਪ੍ਰੋਸੈਸ ਦੇ ਵਿੱਚ ਹੀ ਆ ਜੀ। ਮੈਨੂੰ ਲੱਗਦਾ ਜਿਹੜੀ ਵੋਟਿੰਗ ਹੈ ਉਹ ਸਿਰਫ ਕੁੜੀਆਂ ਦੇ ਆਧਾਰ ਤੇ ਨਾ ਕਰਵਾਈ ਜਾਵੇ, ਉਹ ਮੁੰਡਿਆਂ ਦੇ ਮਾਪਿਆਂ ਤੋਂ ਵੀ ਕਰਵਾਈ ਜਾਵੇ ਤੇ ਉਹਨਾਂ ਤੋਂ ਵੀ ਇਹ ਗੱਲ ਕਨਫਰਮ ਕੀਤੀ ਜਾਵੇ। ਦੱਸੋ ਜੀ ਤੁਹਾਡੇ ਮੁੰਡੇ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਕਿ 8 ਵਜੇ ਤੋਂ ਬਾਅਦ ਜਾਂ 10 ਵਜੇ ਤੋਂ ਬਾਅਦ ਜੋ ਵੀ ਲਿਮਿਟ ਹੈ ਕਿ ਉਸ ਤੋਂ ਬਾਅਦ ਹੋਸਟਲ ਬੰਦ ਕਰ ਦਿੱਤੇ ਜਾਣੇ ਚਾਹੀਦੇ ਨੇ ਜਾਂ ਕੀ ਹੋਣਾ ਚਾਹੀਦਾ? ਮੈਂ ਤੁਹਾਡੀ ਗੱਲ ਸਹਿਮਤ ਹਾਂ। ਇਹ ਮਤਲਬ ਕੁੜੀਆਂ ਦੇ ਮਾਮਲੇ ਦੇ ਵਿੱਚ ਇਹ ਆ ਵੀ ਇੱਜ਼ਤ ਦਾ ਸਵਾਲ ਬਣ ਜਾਂਦਾ, ਮੁੰਡਿਆਂ ਦੇ ਮਾਮਲੇ ਦੇ ਵਿੱਚ ਅੱਜ ਕੱਲ੍ਹ ਨਸ਼ੇ ਦੇ ਉੱਤੇ ਜਿਹੜਾ ਮਾਂ ਬਾਪ ਜ਼ਿਆਦਾ ਚਿੰਤਤ ਨੇ ਵੀ ਮੁੰਡੇ ਜਿਹੜੇ ਨੇ ਉਹ ਨਸ਼ਾ ਨਾ ਕਰ ਲੈਣ ਕਿਤੇ ਨਾ ਕਿਤੇ, ਦੋਨਾਂ ਦੇ ਮਾਮਲੇ ਚਿੰਤਾ ਬਰਾਬਰ ਦੀ ਆ। ਬਿਲਕੁਲ। ਸੋ ਇਹ ਰਿਟਰਨ ਚਲਾਉਣਾ ਜ਼ਰੂਰੀ ਜੀ। ਅਗਲੇ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ ਜੀ, ਅਸੀਂ ਉਹਨਾਂ ਦੀ ਵੀ ਗੱਲ ਸੁਣਾਂਗੇ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਮ ਸ਼ਰਮਾ ਵਿਨੀਪੈਗ ਤੋਂ ਬੇਨਤੀ ਕਰ ਰਹੇ ਜੀ। ਦੱਸੋ ਜੀ ਤੁਸੀਂ ਕੀ ਕਹਿਣਾ ਜੀ ਅੱਜ ਦੇ ਮੁੱਦੇ ਤੇ? ਹਾਂਜੀ ਅੱਜ ਮੈਂ ਤਾਂ ਇਸ ਤਰ੍ਹਾਂ ਇਸ ਵਿਸ਼ੇ ਦੇ ਉੱਤੇ ਬਿਲਕੁਲ ਇਸ ਗੱਲ ਤੇ ਐਗਰੀ ਨਹੀਂ ਕਿ ਜਿਹੜਾ ਹੋਸਟਲ ਆ ਜਾਂ ਯੂਨੀਵਰਸਿਟੀ ਜਿਹੜੀ ਹੈਗੀ ਆ ਜਾਂ ਲਾਇਬ੍ਰੇਰੀ ਆ ਉਹ 24 ਘੰਟੇ ਖੁੱਲੇ, ਕਿਉਂਕਿ ਅੱਜ ਕੱਲ੍ਹ ਜਿਹੜੇ ਪੰਜਾਬ ਦੇ ਹਾਲਾਤ ਆ ਨਾ ਉਹ ਬਿਲਕੁਲ ਇਸ ਦੇ ਅਨੁਕੂਲ ਨਹੀਂ ਗਾ। ਔਰ ਜਿਹੜੇ ਲੜਕੀਆਂ ਇਸ ਗੱਲ ਤੇ ਜਿੱਦ ਕਰਨ ਲੱਗੀਆਂ ਉਹ ਸਿਰਫ ਜਿਹੜੀ ਪੱਛਮ ਦੀ ਹਵਾ ਨਾ ਇਹ ਉਹਦਾ ਅਸਰ ਹੈ, ਹੋਰ ਤੋਂ ਵੱਧ ਕੋਈ ਨੀ। ਬਾਕੀ ਰਾਤ ਨੂੰ ਜੇ ਮਤਲਬ ਹੋਸਟਲ ਖੁੱਲਾ ਜਾਂ ਕੁਛ ਖੁੱਲਾ ਇਹਦੇ ਵਿੱਚ ਕੋਈ ਇੰਨੀ ਜ਼ਰੂਰੀ ਨੀ ਕਿ ਜ਼ਿਆਦਾ ਪੜ੍ਹ ਲੈਣਗੇ। ਪੜ੍ਹਨ ਦੇ ਤਾਂ ਦੋ ਹੀ ਤਰੀਕੇ ਆ, ਕੋਈ ਬੱਚਾ ਜੇਕਰ ਜਿਹੜਾ ਹੈ ਉਹ ਕਿਤਾਬ ਦੇ ਉੱਤੇ ਨਿਗਾਹ ਫੇਰ ਜੇ ਉਹ ਅਕਾਊਂਟ ਕਰ ਲੈਂਦਾ, ਉਹ ਸਭ ਕੁਛ ਰਿਕਾਰਡ ਹੋ ਜਾਂਦਾ। ਔਰ ਕੋਈ ਇਹੋ ਜਿਹੇ ਬੱਚੇ ਵੀ ਹੈਗੇ ਆ ਜਿਹਨਾਂ ਨੇ ਕਿ ਬਿਲਕੁਲ ਕਿਤਾਬ ਆ ਜਿਹੜੀ ਉਹ ਪਾਸੇ ਨੀ ਕਰਨੀ ਫੇਸ ਤੋਂ, ਔਰ ਉਹਨਾਂ ਦੇ ਪੱਲੇ ਕੁਛ ਨੀ ਪੈਂਦਾ। ਇਸ ਕਰਕੇ ਸੇਫਟੀਆਂ ਵਾਸਤੇ ਤੁਸੀਂ ਵੈਸੇ ਦੇਖੋ ਕਿ ਦਿਨੇ ਦਿਹਾੜੇ ਦੁਪਹਿਰੇ ਕਿਸ ਤਰ੍ਹਾਂ ਜਿਹੜੀ ਰੇਪਾਂ ਦੀ ਜਿਹੜੀ ਗਿਣਤੀ ਆ ਉਹ ਵੱਧ ਰਹੀ ਹੈ। ਇਸ ਕਰਕੇ ਮੈਂ ਤਾਂ ਇਹ ਗੱਲ ਚਾਹੂੰਗਾ ਕਿ ਜਿਹੜੀਆਂ ਕੁੜੀਆਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੀਆਂ ਉਹ ਆਪਦੀ ਸੇਫਟੀ ਰੱਖਣ ਵਾਸਤੇ ਜਿਹੜਾ ਹੈਗਾ ਉਹ ਇਸ ਪਾਸੇ ਨਾ ਜਾਣ। ਔਰ ਦੂਸਰੇ ਪਾਸੇ ਜਿਸ ਤਰ੍ਹਾਂ ਕਿਸੇ ਕਾਲਰ ਨੇ ਕਿਹਾ, ਮੈਂ 100% ਐਗਰੀ ਹਾਂ ਕਿ ਕਈ ਦਫ਼ਾ ਅੱਜ ਕੱਲ੍ਹ ਦੇ ਬੱਚੇ ਆ ਨਾ ਜੇ ਕੁੜੀਆਂ ਦੀ ਗੱਲ ਆ, ਮੁੰਡੇ ਵੀ ਘਰੇ ਨੀ ਦੱਸਦੇ ਕਿ ਡੈਡੀ ਮੈਂ ਪੈਸੇ ਕਿੱਥੇ ਚਾਹੀਦੇ ਜਾਂ ਮੈਂ ਸਕੂਲ ਵਾਸਤੇ ਕੀ ਕਰਨਾ। ਸਾਡੇ ਟਾਈਮ 'ਚ ਇੱਕ ਕਹਾਵਤ ਹੁੰਦੀ ਸੀ ਵੀ ਜਦੋਂ ਡੈਡੀ ਤੋਂ ਰੁਪਈਆ ਲੈਣਾ ਨਾ ਪਿਓ ਤਾਂ ਉਹਨੂੰ ਕਹਿੰਦੇ ਮੈਂ ਬਲਾਡਿੰਗ ਪੇਪਰ ਲੈਣਾ, ਤੇ ਉਦੋਂ ਬਜ਼ੁਰਗਾਂ ਨੂੰ ਪਤਾ ਨੀ ਹੁੰਦਾ ਕਿ ਬਲਾਡਿੰਗ ਪੇਪਰ ਹੁੰਦਾ ਕਿ ਉਹਨੂੰ ਰੁਪਈਏ ਨੂੰ ਵੇਸਟ ਕਰਕੇ ਦੂਜੇ ਪਾਸੇ ਖਰਚ ਲਓ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਮੁੰਡੇ ਜਾਂ ਕੁੜੀਆਂ ਉਹ ਘਰੇ ਦੱਸਦੇ ਹੀ ਨੀਗੇ ਕੀ ਪਲਾਨ ਹੈ, ਕਿਹਦਾ ਬਰਥਡੇ ਆ, ਕਿੱਥੇ ਜਾਣਾ, ਉਹਦਾ ਕੁਛ ਹੁੰਦਾ ਹੀ, ਜਿਹੜੀ ਇਨਫੋਰਮੇਸ਼ਨ ਉਹ ਘਰੇ ਦੇ ਕੇ ਜਾਂਦੇ ਆ। ਇਸ ਕਰਕੇ ਮੈਂ ਕੁੜੀਆਂ ਨੂੰ, ਭੈਣਾਂ ਨੂੰ, ਧੀਆਂ ਨੂੰ ਇਹ ਰਿਸਪੈਕਟ ਕਰੂੰਗਾ ਕਿ ਇਹ ਜੇ ਹੈਗਾ ਤਾਂ ਤੁਸੀਂ 6 ਮਹੀਨੇ ਤਜਰਬਾ ਕਰਕੇ ਦੇਖ ਲਓ, ਜੇ ਨਹੀਂ ਨਾ ਰਿਹਾ ਜਾਂਦਾ ਜ਼ਿਆਦਾ ਟਾਈਮ ਦੀ ਲੋੜ ਨਹੀਂ, 6 ਮਹੀਨਿਆਂ ਦੇ ਵਿੱਚ ਹੀ ਇਹਦੇ ਜਿਹੜੇ ਰਿਜ਼ਲਟ ਆ ਉਹ ਸਾਹਮਣੇ ਆਉਣ ਲੱਗ ਜਾਣਗੇ ਤੇ ਉਦੋਂ ਪਿੱਛੇ ਜਿਹੜੇ ਮਾਇੰਡ ਆ ਉਹ ਆਪੇ ਬਦਲ ਜਾਣਗੇ।
ਗੱਲ ਨੂੰ ਮੈਂ ਜਿੰਨੀ ਮਰਜ਼ੀ ਤੁਹਾਨੂੰ ਹੋਰ ਤੁਹਾਡੇ ਨਾਲ ਵਧਾਈ ਜਾਵਾਂ, ਪਰ ਥੈਂਕ ਯੂ ਵੈਰੀ ਮੱਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਅਗਲੇ ਕਾਲਰ ਵੀ ਸਾਡੇ ਨਾਲ ਜੁੜ ਗਏ ਨੇ ਜੀ, ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਜੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਇੱਕ ਵਿਦਿਆਰਥੀ ਬੋਲ ਰਿਹਾ ਜੀ। ਨਾਮ ਕੀ ਹੈ ਜੀ ਤੁਹਾਡਾ? ਜੀ ਮੇਰਾ ਨਾਮ ਗੁਰੀ ਬਾਜਵਾ ਜੀ। ਜੀ ਜੀ ਬਾਜਵਾ ਜੀ, ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਕੀ ਕਹਿਣਾ ਜੀ, ਅੱਜ ਤੁਹਾਡੇ ਹੀ ਮੁੱਦੇ ਤੇ ਗੱਲ ਹੋ ਰਹੀ ਹੈ ਜੀ। ਸਾਡਾ ਮੁੱਦਾ ਇਹ ਹੈਗਾ, ਸਟਾਰਟਿੰਗ ਦੇਖੋ ਕਿੱਥੋਂ ਹੋਈ ਹੈ ਜੀ। ਠੀਕ ਹੈ ਜੀ, ਤੁਸੀਂ ਸਾਰੀਆਂ ਗੱਲਾਂ ਇੱਧਰ ਤੋਂ ਉੱਧਰ ਦੇ ਸਾਰੀਆਂ ਸੁਣ ਲਿਆ, ਕੋਈ ਮੀਡੀਆ ਦਿਖਾ ਰਿਹਾ, ਕੋਈ ਉਹ ਦਿਖਾ ਰਿਹਾ। ਚਲੋ ਜੀ, ਇਹ ਬੈਠੇ ਡਿਮਾਂਡ ਤੇ। ਉਸ ਤੋਂ ਬਾਅਦ ਅਗਲੀ, ਜੇ ਉਹ ਪਾਰਟੀ ਸਹਿਮਤ ਨਹੀਂ ਸੀਗੀ ਜੀ, ਉਹ ਦੇਣ ਗਈ ਆਪਦਾ ਮੰਗ ਪੱਤਰ ਇਹਨਾਂ ਦੇ ਵਿਰੋਧ ਵਿੱਚ। ਚਲੋ ਠੀਕ ਹੈ ਜੀ, ਓਕੇ ਜੀ। ਰਾਤ ਨੂੰ ਇਹ ਕਰ ਰਹੇ ਸੀ, ਪ੍ਰੋਟੈਸਟ ਕਰ ਰਹੇ ਸੀਗੇ, ਜੋ ਵੀ ਉਹ ਮੁੰਡੇ ਸੀਗੇ, ਮੈਨੂੰ ਨੀ ਪਤਾ, ਜੋ ਮੁੰਡੇ ਉਹ ਗਏ ਸੀਗੇ। ਹੁਣ ਇੱਕ ਗੱਲ ਸੋਚੋ, ਇੰਨੀਆਂ ਕੁੜੀਆਂ ਨੇ, ਇੰਨੇ ਮੁੰਡੇ ਨੇ ਇਹਨਾਂ ਦੇ, ਮਤਲਬ ਜੋ ਰਾਤੀ ਪ੍ਰੋਟੈਸਟ ਕਰ ਰਹੇ ਨੇ, ਤਿੰਨ ਮੁੰਡਿਆਂ ਦੀ ਕੀ ਵਾਹ ਹੈ ਉਹਨਾਂ ਦੇ ਸਾਹਮਣੇ? ਪਹਿਲਾਂ ਤਾਂ ਸਾਨੂੰ ਸਭ ਨੂੰ, ਦਰਸ਼ਕਾਂ ਨੂੰ ਵੀ ਕਲੀਅਰ ਕਰੋ ਕਿ ਮੇਨ ਮੰਗਾਂ ਕਿਹੜੀਆਂ ਸੀਗੀਆਂ ਜਿਹਦਾ ਮੰਗ ਪੱਤਰ ਲੈ ਕੇ ਸਾਰੀ ਗਈ। ਹਾਂਜੀ, ਮੈਂ ਤੁਹਾਨੂੰ ਦੱਸ ਦੇਣਾ, ਮੇਨ ਮੰਗ ਇਹਨਾਂ ਦੀ ਇਹ ਹੈ ਕਿ 24 ਘੰਟੇ ਹੋਸਟਲ ਖੁੱਲੇ ਦੀ। ਠੀਕ ਹੈ ਜੀ, ਤੇ ਉਹ ਜਿਹੜੀ ਪਾਰਟੀ ਇਹਨਾਂ ਦੇ ਵਿਰੋਧ ਵਿੱਚ ਗਈ ਸੀ, ਉਹਨਾਂ ਦੇ ਮੁੰਡੇ ਕਿਤੇ ਪਾਸ ਆਊਟ ਹੋਏ ਸੀਗੇ, ਤੇ ਇਹਨਾਂ ਨੇ ਉਹਨਾਂ ਨੂੰ ਕੁੱਟਤਾ, ਜਿੱਥੋਂ ਮੇਨ ਮੁੱਦਾ ਭੜਕਿਆ। ਤੇ ਜਦੋਂ ਉਹ ਅਗਲੀ ਪਾਰਟੀ ਇਹਨਾਂ ਸੁਲਹ ਸੁਲਾ ਕਰਨ ਗਈ, ਇਹ ਫੈਮਿਨਿਜ਼ਮ ਦਾ ਆੜਾ ਲੈ ਕੇ ਲੜਕੀਆਂ ਨੂੰ ਅੱਗੇ ਕਰਕੇ ਉਹਨਾਂ ਨਾਲ ਫਿਰ ਗੱਲਾਂ ਕੇ, ਫਿਰ ਉਹਨਾਂ ਦੇ ਗੁੰਡਾਗਰਦੀ ਦਾ ਲਾਣ ਲੱਗ ਗਏ ਜੀ। ਠੀਕ ਹੈ ਜੀ, ਹੁਣ ਦੂਜੀ ਗੱਲ ਜੋ ਇਹ ਕਹਿ ਰਹੇ ਨੇ ਵੀ 24 ਘੰਟੇ ਖੁੱਲਾ ਰਹਿਣਾ ਚਾਹੀਦਾ, ਇਹਨਾਂ ਨੂੰ ਇਹ ਪੁੱਛੋ ਵੀ ਇਹਨਾਂ ਨਾਲ ਕੁੜੀਆਂ ਕਿੰਨੀਆਂ ਕੁ ਅਜੇ ਤੱਕ ਕਰੰਟਲੀ ਬੈਠੀਆਂ ਨੇ, ਕਿਉਂਕਿ ਮੋਸਟ ਆਫ ਹੋਸਟਲਸ ਖਾਲੀ ਨੇ, ਕੁੜੀਆਂ ਘਰੇ ਗਈਆਂ ਹੋਈਆਂ ਨੇ। ਜੇ ਇੰਨੀਆਂ ਹੀ ਇਹਨਾਂ ਦੇ ਨਾਲ ਸੀਗੇ, ਉਹ ਹੀ ਅੱਜ ਬੈਠੀਆਂ ਹੋਈਆਂ ਨੇ, 2014-15-16 ਵਿੱਚ ਵੀ ਤਾਂ ਉਨੀਆਂ ਹੀ ਸੀਗੀਆਂ। ਪਰਸੈਂਟੇਜ ਕਿੰਨੀ ਕੁ ਵਧੀ ਹੈ? ਕੋਈ ਪਰਸੈਂਟੇਜ ਨਹੀਂ ਵਧੀ ਜੀ, ਬਿਕੋਜ਼ ਅਸੀਂ ਕਰੰਟਲੀ ਹੈਗੇ, ਅਸੀਂ ਪੜ੍ਹਦੇ ਹਾਂ ਜਵਾਕ, ਜੋ ਵੀ ਸਾਨੂੰ ਪਤਾ, ਅਸੀਂ ਆਪਦੀ ਤਿਆਰੀ ਕਰਦੇ, ਲਾਇਬ੍ਰੇਰੀ ਬੈਠਦੇ, ਉਸ ਰਾਤ ਅਸੀਂ ਲਾਇਬ੍ਰੇਰੀ ਬੈਠੇ ਹੋਏ ਸੀ, ਜਿਸ ਰਾਤ ਤੇ ਝੜਪ ਹੋਈ ਹੈ, ਤੇ ਸਾਨੂੰ ਪਤਾ ਵੀ ਕੁੜੀਆਂ ਦਾ ਸਹਾਰਾ ਲੈ ਕੇ ਕਿਸੇ ਦੇ ਵੀ, ਉਹ ਕੁੜੀਆਂ ਕਿੰਨਾ ਦੀ ਸੀ, ਉਹਨਾਂ ਦੀ ਪਾਰਟੀ ਦੇ ਸੀ, ਹੁਣ ਕਿਸੇ ਹੋਰ ਪਾਰਟੀ ਤੋਂ ਗਿਆ, ਉਹ ਤਾਂ ਉਹਨਾਂ ਦੇ ਹੱਕ 'ਚ ਜਵਾਬਬੰਦੀ ਕਰਕੇ ਸਾਡੇ ਛੇੜਖਾਨੀ ਕੀਤੀ ਹੈ। ਫੈਮਿਨਿਜ਼ਮ ਦਾ ਅੜਨ ਲੈ ਕੇ ਤੁਸੀਂ ਜੋ ਕੁਛ ਮਰਜ਼ੀ ਕਰ ਸਕਦੇ। ਬਿਲਕੁਲ ਬਾਜਵਾ ਸਾਹਿਬ, ਤੁਸੀਂ ਇੱਕ ਮੁੱਦਾ ਚੱਕ ਰਹੇ ਹੋ, ਤੇ ਮੈਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਸਟੂਡੈਂਟ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਇਸ ਹੱਕ 'ਚ ਹੋ ਕਿ ਕੁੜੀਆਂ ਨੂੰ ਜਿਹੜਾ ਯੂਨੀਵਰਸਿਟੀ ਦੇ ਵਿੱਚ 24 ਘੰਟੇ ਜਿਹੜੀ ਆ ਉਹ ਖੁੱਲ੍ਹ ਦਿੱਤੀ ਜਾਵੇ, 24 ਘੰਟੇ ਹੋਸਟਲ ਖੁੱਲ੍ਹਾ ਰਹੇ, ਅਤੇ ਮੁੰਡਿਆਂ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਮੁੰਡਿਆਂ ਨੂੰ ਵੀ ਇਹਦੇ ਰਿਸਟ੍ਰਿਕਸ਼ਨ ਲੱਗਣੀ ਚਾਹੀਦੀ ਹੈ ਜੋ ਯੂਨੀਵਰਸਿਟੀ ਪ੍ਰਸ਼ਾਸਨ ਲਾ ਰਿਹਾ? ਮੈਂ ਤੁਹਾਨੂੰ ਇਹਦਾ ਹੀ ਜਵਾਬ ਦਿੰਦਾ। ਦੇਖੋ ਜੀ, ਤੁਸੀਂ ਵੀ ਕਿਸੇ ਲੜਕੀ ਬਾਪ ਹੋਵੋਗੇ ਜਾਂ ਭਰਾ ਹੋਵੋਗੇ, ਭੈਣ ਦੇ ਭਾਈ ਹੋਵੋਗੇ, ਜਦੋਂ ਵੀ ਆਪਾਂ ਜਿਹੜੇ ਘਰਾਂ ਦੇ ਵਿੱਚੋਂ ਆਉਂਦੇ ਹਾਂ ਜੀ, ਉੱਥੇ ਬਾਪ ਨੂੰ ਨੀਂਦ ਨਹੀਂ ਆਉਂਦੀ ਵੀ ਹਾਂ ਮੇਰੀ ਬੇਟੀ ਬਾਹਰ ਹੈ ਜਾਂ ਕੁਛ ਵੀ। ਤੁਸੀਂ ਇੰਡੀਆ ਦੇ ਹੀ ਲਾ ਲਓ, ਇੰਡੀਆ ਦਾ ਕਲਚਰ ਇੰਨਾ ਹੈਗਾ ਡਿਵੈਲਪਡ, ਪਰ ਅਸੀਂ ਹਰੇਕ ਵਾਰੀ ਹੱਥਾਂ 'ਚ ਕੈਂਡਲ ਫੜ ਕੇ ਮਾਰਚ ਨਹੀਂ ਕਰ ਸਕਦੇ ਅਸੀਫਾ ਵਾਂਗੂ। ਵਿਚਾਰੀ, ਉਹਦੇ ਨਾਲ ਹੋਇਆ ਕੀ ਮਿਲਿਆ ਉਹਨਾਂ ਨੂੰ? ਇੰਨਾ ਸੋ ਪ੍ਰੋਟੈਸਟ ਹੋਇਆ ਕਿ ਪੰਜਾਬ ਵਿੱਚ ਉਹ ਜਿਹੇ ਕਿੰਨਾ ਹੋਰ ਕਾਂਡ ਹੋ ਸਕਦੇ ਆ? ਕੀ ਤੁਹਾਨੂੰ ਲੱਗਦਾ ਵੀ ਪੰਜਾਬ ਦੀ ਪੁਲਿਸ ਜਾਂ ਪ੍ਰਸ਼ਾਸਨ ਇੰਨਾ ਕਾਇਮ ਹੈਗਾ ਵੀ ਉਹ ਝੱਟ ਦੇ ਵਿੱਚ ਮੁੱਦਾ ਸੋਲਵ ਕਰ ਲੈਂਦਾ? ਤੁਹਾਨੂੰ ਖੁਦ ਨੂੰ ਪਤਾ ਹੈ, ਤੁਸੀਂ ਮੀਡੀਆ ਵਿੱਚ ਹੋ, ਤੁਸੀਂ ਵੀ ਅੰਦਰ ਬਾਹਰ ਆਉਂਦੇ ਜਾਂਦੇ ਹੋ, ਹਰ ਇੱਕ ਮੁੱਦਿਆਂ ਤੇ ਗੱਲਬਾਤ ਵਿਚਾਰ ਵਿਮਰਸ਼ ਕਰਦੇ, ਮੁੱਦਿਆਂ ਤਹਿ ਤੱਕ ਜਾਂਦੇ ਹੋ, ਤੁਹਾਨੂੰ ਵੀ ਪਤਾ ਵੀ ਸਿਕਿਉਰਟੀ ਸਿਸਟਮ ਏਡਾ ਤਕੜਾ ਹੈ ਹੀ ਨਹੀਂ ਗਾ ਵੀ ਜਿਹੜਾ ਇਸ ਚੀਜ਼ ਤੇ ਰੋਕਥਾਮ ਲਾ ਸਕੇ। ਔਰ ਜਿਹੜੇ ਕਹਿ ਰਹੇ ਨੇ ਮੁੰਡਿਆਂ ਦੀ ਗੱਲ ਵੀ ਬੰਦ ਹੋਣਾ ਚਾਹੀਦਾ, ਜੇ ਉਹ ਹੋਣਾ ਚਾਹੀਦਾ, ਉਹਦੇ ਤੇ ਇਹਨਾਂ ਦੀ ਵਿਚਾਰ ਵਿਮਰਸ਼ ਕਰਾ ਲੈਣ, ਡਿਬੇਟ ਕਰਾ ਲੈਣ ਯੂਨੀਵਰਸਿਟੀ ਦੇ ਵਿੱਚ, ਓਪਨ ਡਿਬੇਟ ਰੱਖਣ ਤੇ ਮੁੰਡੇ ਕੁੜੀਆਂ ਸਾਰਿਆਂ ਦੇ ਵਿਊ ਦੇਣ। ਨਹੀਂ, ਮੇਰਾ ਸਵਾਲ ਤੁਹਾਨੂੰ ਇਹ ਸੀ ਕਿ ਜਿਸ ਤਰ੍ਹਾਂ ਕੁੜੀਆਂ ਦੇ ਬਾਰੇ ਜਿਹੜਾ ਹੈ ਉਹਨਾਂ ਦੀ ਇੱਜ਼ਤ ਦਾ ਸਵਾਲ ਬਣਾ ਕੇ ਉਹਨਾਂ ਨੂੰ ਰਾਤ ਨੂੰ ਰੋਕ ਦਿੱਤਾ ਜਾਂਦਾ ਵੀ ਉਹ ਉਹਨਾਂ ਬਾਹਰ ਨਹੀਂ ਜਾਣਾ, ਉਹਨਾਂ ਨੇ ਉਹਨਾਂ ਨੂੰ ਰੋਕ ਲੋਕ ਲਗਾਈ ਗਈ ਹੈ, ਮੁੰਡਿਆਂ ਦੇ ਬਾਰੇ ਇੱਕ ਧਾਰਨਾ ਬਣੀ ਹੋਈ ਹੈ ਕਿ ਨਸ਼ਿਆਂ ਦੇ ਵਿੱਚ ਪੈ ਜਾਂਦੇ ਨੇ, ਕਿ ਤੁਹਾਡਾ ਕੀ, ਤੁਸੀਂ ਯੂਨੀਵਰਸਿਟੀ ਦੇ ਵਿੱਚੋਂ ਤੁਹਾਡੀ ਕੀ ਸੋਚ ਹੈ ਕਿ ਜਿਸ ਤਰ੍ਹਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸੋਚ ਮਾਂ ਬਾਪ ਦੀ ਵੀ ਇਹੀ ਹੁੰਦੀ ਹੈ ਕਿ ਸਾਡਾ ਬੱਚਾ ਨਸ਼ਾ ਨਾ ਕਰਨ ਲੱਗ ਜਾਵੇ, ਯੂਨੀਵਰਸਿਟੀ ਪ੍ਰਸ਼ਾਸਨ ਵੀ ਇਸ ਨੂੰ ਇੱਜ਼ਤ ਦਾ ਸਵਾਲ ਬਣਾ ਕੇ ਰੱਖਦਾ, ਕੀ ਇਸ ਨੂੰ ਲੈ ਕੇ ਵੀ ਰਿਸਟ੍ਰਿਕਸ਼ਨ ਲੱਗਣੀ ਚਾਹੀਦੀ ਹੈ ਜਾਂ ਨਹੀਂ ਲੱਗਣੀ ਚਾਹੀਦੀ? ਜਿਹੜੀ ਜੀ ਨਸ਼ੇ ਦੀ ਗੱਲ, ਇਕੱਲੇ ਇੱਕ ਯੂਨੀਵਰਸਿਟੀ 'ਚ ਨਹੀਂ, ਸਾਰੀਆਂ ਯੂਨੀਵਰਸਿਟੀ ਦੀ ਗੱਲ ਹੈ, ਇੱਥੇ ਹੁਣ ਪੜ੍ਹਨ ਵਾਲੇ ਵੀ ਹੈਗੇ ਆ, ਸਾਰਾ ਕੰਮ ਹਰ ਕੋਈ ਕੰਮ ਕਰਨ ਵਾਲੇ ਹੈਗੇ ਆ ਬੱਚੇ। ਠੀਕ ਹੈ, ਜਿਹੜਾ ਕਰਦਾ ਉੱਥੇ ਹੁਣ ਰੇਡਾਂ ਵੀ ਤਾਂ ਹੁੰਦੀਆਂ ਨੇ, ਹੋਸਟਲ 'ਚ ਵਾਰਡਨ ਗਿਆ, ਇਹ ਉਹ ਜੋ ਕੀਤਾ ਉਹਨੂੰ ਬਕਾਇਦਾ ਫਾਈਨ ਜਾਂ ਜੋ ਵੀ ਬਣਦਾ ਉਹਨਾਂ ਦਾ ਸਜ਼ਾ ਮਿਲਦੀ ਹੈ। ਠੀਕ ਹੈ ਜੀ, ਮੁੰਡਿਆਂ ਨੂੰ ਉਹ ਤਾਂ ਹੁਣ ਪ੍ਰਸ਼ਾਸਨ ਤੇ ਨਾ ਕਿੰਨੀ ਤੰਜ ਕੱਸਦਾ ਹੈ ਉਹਨਾਂ ਦੇ। ਪਰ ਜੇਕਰ ਇਹੀ ਮੁੱਦਾ ਲੜਕੀਆਂ ਵੀ ਕਹਿਣ ਲੱਗ ਜਾਣ ਵੀ ਮੁੰਡਿਆਂ ਦੇ ਮਾਮਲੇ 'ਚ ਇਹ ਕਿਹਾ ਜਾਂਦਾ ਵੀ ਪ੍ਰਸ਼ਾਸਨ ਦੇਖੇਗਾ, ਉਹ ਪੁਲਿਸ ਦੇਖੇਗੀ, ਤਾਂ ਇਹੋ ਕੁਝ ਜਿਹੜਾ ਮੁੰਡਿਆਂ ਦੇ ਮਾਮਲੇ ਵੀ ਕਿਹਾ ਜਾ ਸਕਦਾ ਕਿਹਾ ਜਾ ਸਕਦਾ? ਮੇਰੀ ਗੱਲ ਇਹ ਹੈ ਵੀ 24 ਆਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਮੁੱਦੇ ਤੇ ਮੇਨ ਇਹ ਗੱਲ ਕਰ ਰਹੇ ਆ ਵੀ 24 ਆਰ, ਮੈਂ ਕਿੰਨਾ ਆਊਟ ਆਫ 100
ਕਰੰਟਲੀ ਤੁਸੀਂ ਇਹ ਦੇਖੋ ਕਿਉਂ ਨਹੀਂ ਵਜੇ ਅੱਜ ਉਹੀ ਬੱਚੇ ਉਨੇ ਕੋਈ ਬੈਠੇ ਨੇ ਉਹ ਤਾਂ ਜਿਹੜੀ ਜਿਹੜੀ ਵਿਚਾਰਧਾਰਾ ਨਾਲ ਜੁੜ ਕੇ ਉਹ ਬੈਠੇ ਨੇ ਹੁਣ ਐਲੀਗੇਸ਼ਨ ਲਾ ਰਹੇ ਨੇ ਕਿਸੇ ਪਾਰਟੀ ਤੇ ਲਾ ਸਕਦੇ ਨੇ ਸਾਡੀ ਪਾਰਟੀ ਜਾਂ ਕਿਸੇ ਦੀ ਪਾਰਟੀ ਕੋਈ ਵੀ ਪਾਰਟੀ ਹੋ ਸਕਦੀ ਹੈ ਮੈਂ ਤਾਂ ਜੀ ਕਿਸੇ ਨੂੰ ਕੋਈ ਸਪੋਰਟ ਨਹੀਂ ਕਰਦਾ ਠੀਕ ਹੈ ਜੀ ਮੈਂ ਆਪਦੀ ਸਟੱਡੀ ਕਰਦਾ ਵੀ ਕੋਈ ਵੀ ਪਾਰਟੀ ਤੇ ਹੋਣਗੇ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਸੰਬੰਧਿਤ ਰੱਖਣਗੇ ਦੂਜੇ ਤੇ ਉਹ ਕੁੜੀਆਂ ਵੀ ਤਾਂ ਦੂਜੇ ਤੇ ਲਾਲਚ ਲਾ ਸਕਦੀਆਂ ਔਰ ਪਹਿਲੀ ਗੱਲ ਇਹ ਹੈ ਮੈਂ ਮੰਗ ਇਹ ਕਰਦਾ ਵੀ ਅਗਰ ਇਹ ਕਹਿੰਦੇ ਨੇ ਐਲੀਗੇਸ਼ਨ ਲਾਏ ਹੈ ਤੇ ਇਹਨਾਂ ਨੂੰ ਆਪਦੇ ਹੱਥ 'ਚ ਲਾਅ ਐਂਡ ਆਰਡਰ ਲੈਣ ਦੀ ਕੀ ਜ਼ਰੂਰਤ ਸੀਗੀ ਰਿਪੋਰਟ ਕਿਉਂ ਨਹੀਂ ਕੀਤੀ ਮੈਂ ਤੁਹਾਡੇ ਪਿਛਲੀ ਇੰਟਰਵਿਊ ਵੀ ਸੁਣ ਰਿਹਾ ਸੀਗਾ ਉਹਦੇ 'ਚ ਕਹਿੰਦੇ ਇੱਕ ਦਿਨ ਬਾਅਦ ਕੀਤੀ ਇੱਕ ਦਿਨ ਬਾਅਦ ਕਿਉਂ ਕੀਤੀ ਜਿਨ੍ਹਾਂ ਨਾਲ ਧੱਕਾ ਹੋਇਆ ਉਹ ਅਗਲੇ ਇੱਕ ਦਿਨ ਪਹਿਲਾਂ ਪਹੁੰਚ ਗਏ ਨਾਲ ਦੀ ਨਾਲ ਹੀ ਜੇ ਇੰਨੇ ਸੱਚੇ ਸੀ ਤਾਂ ਉਹ ਦੇ ਨਾਲ ਕਿਉਂ ਨਹੀਂ ਕੰਪਲੇਂਟ ਕੀਤੀ ਫਿਰ ਇੱਕ ਦਿਨ ਬਾਅਦ ਹੀ ਕਿਉਂ ਹੋਸ਼ ਆਇਆ ਬਿਲਕੁਲ ਬਾਜਵਾ ਸਾਹਿਬ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਕਿ ਹਿੰਸਾ ਜਿਹੜੀ ਹੈ ਕਿਤੇ ਵੀ ਹੋਏਗੀ ਅਸੀਂ ਉਸ ਦੀ ਸਹਿਮਤੀ ਨਹੀਂ ਦੇਵਾਂਗੇ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਹੋਵਾਂਗੇ ਬਿਲਕੁਲ ਤੇ ਉਹਨਾਂ ਨੂੰ ਰਿਪੋਰਟ ਕਰਨੀ ਚਾਹੀਦੀ ਸੀ ਹਿੰਸਾ ਨਹੀਂ ਹੋਣੀ ਚਾਹੀਦੀ ਮਾਂ ਬਾਪ ਦੀ ਚਿੰਤਾ ਵੀ ਆਪਣੀ ਜਗ੍ਹਾ ਤੇ ਜਾਇਜ਼ ਹੈ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਚਿੰਤਾ ਵੀ ਅੱਗੇ ਜਾਇਜ਼ ਤੁਸੀਂ ਇਹਦਾ ਹੱਲ ਕੀ ਕੱਢਦੇ ਦੱਸ ਦਿਓ ਮੈਨੂੰ ਹੱਲ ਇਹ ਹੋ ਸਕਦਾ ਹੁਣ ਦੇਖੋ ਅੱਗੇ ਇਹਨਾਂ ਦੇ ਸਟੈਪ ਕੀ ਹੁੰਦੇ ਆ ਕਿੱਧਰ ਵੱਲ ਮੋੜ ਮੁੜਦਾ ਉਹਦੇ ਅਕੋਰਡਿੰਗ ਸਾਡੇ ਵਿਚਾਰ ਹੋਣਗੇ ਜਦੋਂ ਓਪਨ ਹੋਏਗੀ ਯੂਨੀਵਰਸਿਟੀ ਜਿਵੇਂ ਵਿਚਾਰਧਾਰਾ ਬਣੂਗੀ ਉਹਦੇ ਤੇ ਕੋਈ ਨਾ ਕੋਈ ਤਾਂ ਹੱਲ ਹੋਊਗਾ ਦੇਖੋ ਜੀ 24 ਘੰਟੇ ਤਾਂ ਯੂਨੀਵਰਸਿਟੀ ਨਾ ਬੰਦ ਰਹਿ ਸਕਦੀ ਨਾ ਅਸੀਂ ਰਹਿਣ ਦੇਵਾਂਗੇ ਬਿਕੋਜ਼ ਸਾਡਾ ਵੀ ਫਿਊਚਰ ਹੈ ਸਾਡੇ ਵੀ ਅਸੀਂ ਫੀਲਿੰਗ ਸਾਡੇ ਅਸੀਂ ਇੰਟੀਮੇਸ਼ਨ ਸਾਡੇ ਨਾਲ ਜੁੜੀਆਂ ਕਈਆਂ ਲਈ ਇਕੱਲੀਆਂ ਥਾਵਾਂ ਹੋ ਸਕਦੀਆਂ ਨੇ ਪਰ ਸਾਡੇ ਲਈ ਸਵਰਗ ਹੈ ਜੀ ਅਸੀਂ ਪੜ੍ਹਦੇ ਹਾਂ ਇੱਥੇ ਜੀ ਬਾਜਵਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਅਤੇ ਆਪਣੇ ਇੱਕ ਸਟੂਡੈਂਟ ਹੋਣ ਦੇ ਨਾਤੇ ਆਪਣੇ ਸਾਰੇ ਪੱਖ ਨੇ ਜਿਹੜੇ ਉਹ ਰੱਖੇ ਅਤੇ ਇਸ ਕਾਲਰ 'ਤੇ ਵੀ ਆਪਾਂ ਗੱਲ ਕਰਾਂਗੇ ਜੀ ਪਰ ਜਿਹੜਾ ਵਿਹਲਾ ਦਾ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ ਉਹ ਵੀ ਲੈਣੀ ਜ਼ਰੂਰੀ ਆ ਬਿਲਕੁਲ ਅਤੇ ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੁਸੀਂ ਸਾਰੇ ਸਾਡੇ ਨਾਲ ਜੁੜੇ ਰਹੇ ਹੋ ਕਿਉਂਕਿ ਆਪਾਂ ਬਹੁਤ ਸਾਰੇ ਹੋਰ ਮੁੱਦਿਆਂ 'ਤੇ ਵੀ ਗੱਲ ਕਰਨੀ ਹੈ ਖਾਸ ਕਰਕੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਯੂਨੀਵਰਸਿਟੀ ਦੇ ਮੁੱਦੇ 'ਤੇ ਵੀ ਹਲੇ ਆਪਣੀ ਵਿਚਾਰ ਚਰਚਾ ਹੋਣੀ ਹੋਰ ਜ਼ਿਆਦਾ ਬਣਦੀ ਹੈ ਅਤੇ ਉਹ ਆਪਾਂ ਕਰਾਂਗੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਛੋਟੀ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫੇਰ ਤੋਂ ਸਵਾਗਤ ਹੈ ਜੀ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਨਿਊਜ਼ ਬਿਹਾਈਂਡ ਨਿਊਜ਼ ਅਤੇ ਅੱਜ ਗੱਲ ਹੋ ਰਹੀ ਹੈ ਸਭ ਤੋਂ ਅਹਿਮ ਮੁੱਦੇ 'ਤੇ ਯਾਨੀ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਵਿੱਦਿਅਕ ਅਦਾਰੇ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕਿ ਕਿੰਨੀਆਂ ਕੁ ਜਾਇਜ਼ ਨੇ ਅਤੇ ਮਾਪਿਆਂ ਦਾ ਉਹਨਾਂ ਦਾ ਕੀ ਹੈ ਕਹਿਣਾ ਅਤੇ ਬਾਕੀ ਜਿਹੜੇ ਦਰਸ਼ਕ ਨਾਲ ਜੁੜੇ ਹੋਏ ਨੇ ਭਾਵੇਂ ਉਹ ਸਟੂਡੈਂਟ ਨੇ ਭਾਵੇਂ ਉਹ ਮਾਪੇ ਨੇ ਭਾਵੇਂ ਉਹ ਭਰਾ ਨੇ ਭਾਵੇਂ ਉਹ ਖੁਦ ਕੁੜੀਆਂ ਨੇ ਤਾਂ ਉਹ ਸਾਰੀਆਂ ਇਸ ਮੁੱਦੇ 'ਤੇ ਕੀ ਕਹਿੰਦੀਆਂ ਨੇ ਤਾਂ ਉਹਨਾਂ ਨੇ ਸਾਨੂੰ ਜ਼ਰੂਰ ਦੱਸਣਾ ਹੈ ਜੀ ਆਪਣਾ ਪੱਖ ਹਰ ਬੰਦੇ ਨੇ ਰੱਖਣਾ ਜੀ ਜਿਹਦੇ ਲਈ ਨੰਬਰ ਹੈਗੇ ਨੇ 201-301-2785 ਅਗਲਾ ਨੰਬਰ ਹੈਗਾ 0175-5156 ਤੁਸੀਂ ਸਾਨੂੰ ਫਟਾਫਟ ਕਾਲ ਕਰਨੀ ਅਤੇ ਆਪਣਾ ਪੱਖ ਹੈ ਜਿਹੜਾ ਉਹ ਦੱਸਣਾ ਅਤੇ ਕੁਲਵੰਤ ਜੀ ਜਿਹੜੀ ਬਾਜਵਾ ਨਾਮ ਦੇ ਜਿਹੜੇ ਸਟੂਡੈਂਟ ਹੈ ਉਹਦੀ ਕਾਲ ਆਈ ਸੀ ਤਾਂ ਉਹਨੇ ਮੇਨ ਗੱਲ ਜਿਹੜੀ ਇਹ ਕਹੀ ਸੀਗੀ ਕਿ ਵਾਕਿਆ ਹੀ ਇਹ ਹੋਣਾ ਚਾਹੀਦਾ ਕਿ ਜੇ ਕੁੜੀਆਂ ਇਹ ਮੰਗ ਰੱਖਦੀਆਂ ਨੇ ਕਿ ਜੇ ਅਸੀਂ ਸਾਨੂੰ 8 ਜਾਂ 10 ਵਜੇ ਦੀ ਹੈ ਕਿ ਅਸੀਂ ਅੰਦਰ ਬੰਦ ਹੋ ਜਾਈਏ ਤਾਂ ਮੁੰਡਿਆਂ ਦੇ ਲਈ ਵੀ ਇਹ ਜ਼ਰੂਰੀ ਆ ਦੇਖੋ ਗੱਲ ਇਹ ਹੈ ਕਿ ਮੈਂ ਬਾਜਵਾ ਜੀ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਜੇਕਰ ਮੁੰਡਿਆਂ ਨੂੰ ਰਿਸਟ੍ਰਿਕਸ਼ਨ ਕੁੜੀਆਂ ਨੂੰ ਰਿਸਟ੍ਰਿਕਸ਼ਨ ਲਾਈਆਂ ਗਈਆਂ ਨੇ ਤਾਂ ਮੁੰਡਿਆਂ ਨੂੰ ਵੀ ਲੱਗਣੇ ਚਾਹੀਦੇ ਨੇ ਉਹਦੇ ਪਿੱਛੇ ਦਾ ਕਾਰਨ ਤਰਕ ਇਹ ਹੈ ਕਿ ਜਿਸ ਤਰ੍ਹਾਂ ਮੈਂ ਆਪਣੇ ਕਾਲਰ ਦੇ ਨਾਲ ਵੀ ਡਿਸਕਸ ਕੀਤਾ ਸੀ ਕਿ ਜੇਕਰ ਕੁੜੀਆਂ ਦੇ ਮਾਮਲੇ ਦੇ ਵਿੱਚ ਮਾਂ ਬਾਪ ਇਹ ਕਹਿੰਦੇ ਨੇ ਵੀ ਸਾਡੀ ਇੱਜ਼ਤ ਦਾ ਕੋਈ ਖਿਲਵਾੜ ਨਾ ਕਰ ਜੇ ਤਾਂ ਮੁੰਡਿਆਂ ਦੇ ਮਾਮਲੇ ਦੇ ਵਿੱਚ ਚਿੰਤਾ ਭਵਿੱਖ ਨੂੰ ਲੈ ਕੇ ਰਹਿੰਦੀ ਹੈ ਕਿ ਮੁੰਡਾ ਜਿਹੜਾ ਉਹ ਕੱਲ੍ਹ ਨੂੰ ਉੱਥੇ ਜਾ ਕੇ ਨਸ਼ੇ 'ਚ ਨਾ ਪੈ ਜੇ ਲੜਾਈ ਝਗੜੇ 'ਚ ਨਾ ਪੈ ਜੇ ਕੋਈ ਇਸ ਤਰ੍ਹਾਂ ਦੀ ਵਾਰਦਾਤ ਨਾ ਸ਼ਾਮਿਲ ਹੋ ਜੇ ਕਿ ਉਹਦਾ ਭਵਿੱਖ ਦੇ ਨਾਲ ਨਾਲ ਉਹਨਾਂ ਦੇ ਮਾਂ ਬਾਪ ਦਾ ਭਵਿੱਖ ਵੀ ਜਿਹੜਾ ਅੰਧਕਾਰ 'ਚ ਚਲਾ ਜਾਵੇ ਬਿਲਕੁਲ ਸੋ ਮਾਂ ਬਾਪ ਦੀ ਚਿੰਤਾ ਉਹਦੇ ਵਿੱਚ ਜਾਇਜ਼ ਰਹਿੰਦੀ ਹੈ ਬਟ ਜਿੱਥੇ ਜਾ ਕੇ ਮੁੰਡਿਆਂ ਦੀ ਗੱਲ ਆ ਜਾਂਦੀ ਹੈ ਕਿਉਂਕਿ ਇਹ ਮਰਦ ਪ੍ਰਧਾਨ ਸਮਾਜ ਹੈ ਉਹਦੇ ਵਿੱਚ ਜਾ ਕੇ ਹਾਲਾਤ ਇਹ ਬਣ ਜਾਂਦੇ ਨੇ ਕਿ ਮੁੰਡੇ ਜਿਹੜੇ ਨੇ ਉਹ ਬਾਕੀ ਹੋ ਜਾਂਦੇ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੇ ਜਿਸ ਤਰ੍ਹਾਂ ਜ਼ਿਆਦਾਤਰ ਮਾਮਲਿਆਂ 'ਚ ਹੁੰਦਾ ਸਾਰੇ ਮਾਮਲਿਆਂ 'ਚ ਨਹੀਂ ਕਹਿ ਸਕਦਾ ਮੈਂ ਪਰ ਜਿਸ ਤਰ੍ਹਾਂ ਜ਼ਿਆਦਾਤਰ ਮਾਮਲੇ 'ਚ ਹੁੰਦਾ ਮੁੰਡੇ ਬਾਗੀ ਹੋ ਕੇ ਤਾਂ ਇਹਨਾਂ ਚੀਜ਼ਾਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਨੇ ਮਾਂ ਬਾਪ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਮੁੰਡਿਆਂ ਵੱਲੋਂ ਵੀ ਕਿ ਤੁਸੀਂ ਇਸ ਚੀਜ਼ ਨੂੰ ਜੇ ਕੱਲ੍ਹ ਨੂੰ ਅੰਡਰਟੇਕਿੰਗ ਲੈਣ ਦੀ ਗੱਲ ਵੀ ਆਉਂਦੀ ਹੈ ਲਿਖਤੀ ਤੌਰ ਦੇ ਉੱਤੇ ਲੈਣ ਦੀ ਵੀ ਗੱਲ ਆਉਂਦੀ ਹੈ ਤਾਂ ਮੁੰਡਿਆਂ ਵੱਲੋਂ ਮਾਂ ਬਾਪ ਦੇ ਉੱਤੇ ਪ੍ਰੈਸ਼ਰ ਪਾ ਦਿੱਤਾ ਜਾਏਗਾ ਕਿ ਇਹ ਤੁਸੀਂ ਅੰਡਰਟੇਕਿੰਗ ਇਸ ਤਰ੍ਹਾਂ ਦੀ ਨਾ ਦਿਓ ਸੋ ਮਾਮਲਾ ਗੰਭੀਰ ਹੈ ਸੋਚ ਮਾਂ ਬਾਪ ਦੀ ਜਿਹੜੀ ਆ ਬੱਚੇ ਦੋਨੋਂ ਬਰਾਬਰ ਨੇ ਸੰਵਿਧਾਨ ਦੇ ਵਿੱਚ ਵੀ ਜਿਹੜੇ ਆ ਉਹ ਮੇਲ ਅਤੇ ਫੀਮੇਲ ਦੋਨੋਂ ਬਰਾਬਰ ਨੇ ਸੋ ਇੱਕ ਪਾਸੇ ਨਸ਼ਿਆਂ ਦਾ ਮੁੱਦਾ ਇੱਕ ਪਾਸੇ ਭਵਿੱਖ ਨੂੰ ਲੈ ਕੇ ਮੁੱਦਾ ਹੈਗਾ ਅਤੇ ਲੜਕੀਆਂ ਦੇ ਮਾਮਲੇ 'ਚ ਜ਼ਿਆਦਾ ਜ਼ਿਆਦਾ ਹੈਗਾ ਉਹ ਇੱਜ਼ਤ ਦਾ ਸਵਾਲ ਬਣਾ ਕੇ ਬੈਠੇ ਹੋਏ ਨੇ ਸੋ ਮੰਗਾਂ ਜਿਹੜੀਆਂ ਨੇ ਉਹ ਕੁਛ ਹੱਦ ਤੱਕ ਜਿਹੜੀਆਂ ਨੇ ਉਹ ਲੜਕੀਆਂ ਦੀ ਵੀ ਜਾਇਜ਼ ਨੇ ਅਤੇ ਕੁਛ ਹੱਦ ਤੱਕ ਜਿਹੜੀਆਂ ਉਹ ਦੂਜੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਭ ਤੋਂ ਜਿਹੜੀ ਅਹਿਮ ਸਵਾਲ ਹੈ ਕਿ ਉਹ ਕੀ ਉਹਨਾਂ ਦੇ ਵਿਦਿਆਰਥੀਆਂ ਨੂੰ ਉੱਥੇ ਦਾ ਮਕਸਦ ਜਿਹੜਾ ਕਿ ਪੜ੍ਹਾਈ ਹੈ ਕਿ ਉਹ ਸਿਰਫ ਅਤੇ ਸਿਰਫ ਪੜ੍ਹਾਈ ਦੇਣ ਦੇ ਵਿੱਚ ਉਹ ਕਾਮਯਾਬ ਹੈ
ਪੜ੍ਹਾਈ ਤਾਂ ਉਹਦੇ ਵਿੱਚ ਮਕਸਦ 'ਚ ਕਾਮਯਾਬ ਹੋਣਗੇ ਜੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਪੁਖਤਾ ਹੋਏਗੀ ਅਤੇ ਜੇਕਰ ਉਹ ਰਾਤ ਨੂੰ ਰਾਤ ਵੇਲੇ ਲੜਕੀ ਬਾਹਰ ਨਿਕਲ ਜਾਂਦੀ ਆ ਜਾਂ ਹੋਸਟਲ ਦੇ ਅੰਦਰ ਹੀ ਕੋਈ ਬਾਹਰੋਂ ਆ ਕੇ ਹੁੜਦੰਗ ਮਚਾ ਜਾਂਦੇ ਨੇ ਤਾਂ ਸਾਰਾ ਦਾ ਸਾਰਾ ਜਿਹੜੀ ਜ਼ਿੰਮੇਵਾਰੀ ਆ ਮਾਂ ਬਾਪ ਦਾ ਸਵਾਲ ਸਿਰਫ ਅਤੇ ਸਿਰਫ ਜਿਹੜਾ ਉਹ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੀਤਾ ਜਾਏਗਾ ਐਡਮਿਨਿਸਟ੍ਰੇਸ਼ਨ ਪੁਲਿਸ ਜਿਹੜੀ ਹੈ ਉਹ ਸਰਕਾਰ ਜਿਹੜੀ ਆ ਉਹਨੇ ਵੀ ਜਿਹੜੇ ਆ ਉਹ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਸਵਾਲ ਜਵਾਬ ਕਰਨੇ ਨੇ ਕਿ ਤੁਸੀਂ ਜੇਕਰ ਇਹ ਇਸ ਤਰ੍ਹਾਂ ਦਾ ਤੁਹਾਨੂੰ ਖਦਸ਼ਾ ਸੀ ਤੁਹਾਨੂੰ ਇਸ ਤਰ੍ਹਾਂ ਦੀ ਸਾਰੀ ਚੀਜ਼ਾਂ ਦਾ ਤੁਹਾਡੇ ਪਤਾ ਸੀ ਤਾਂ ਤੁਸੀਂ ਇਸ ਬਾਰੇ ਪਹਿਲਾਂ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਸੋ ਯੂਨੀਵਰਸਿਟੀ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਕੋਈ ਚਾਂਸ ਲੈਣਾ ਨਹੀਂ ਚਾਹੁੰਦਾ ਅਤੇ ਮਕਸਦ ਜਿਹੜਾ ਹੈ ਉਹ ਵਿੱਦਿਆ ਮੰਨਣਾ ਹੈ ਉਹ ਆਪਣੇ ਮਕਸਦ ਦੇ ਵਿੱਚ ਇੱਕ ਟਾਰਗੇਟ ਲੈ ਕੇ ਚੱਲੇ ਹੋਏ ਨੇ ਅਤੇ ਉਹਦੇ ਵਿੱਚ ਲੈ ਕੇ ਉਹਨਾਂ ਨੇ ਉਹ ਉਸ ਨੂੰ ਲੈ ਕੇ ਜਿਹੜਾ ਹੈ ਹਾਲੇ ਤੱਕ ਰਿਸਟ੍ਰਿਕਸ਼ਨ ਲਗਾਈਆਂ ਹੋਈਆਂ ਨੇ ਮਾਮਲਾ ਭੱਖ ਚੁੱਕਿਆ ਅੱਗੇ ਚੱਲ ਕੇ ਕੀ ਰਿਜ਼ਲਟ ਨਿਕਲੇਗਾ ਇਹ ਹਲੇ ਆਉਣ ਵਾਲਾ ਸਮਾਂ ਜੀ ਵਾਕਿਆ ਕੁਲਵੰਤ ਜੀ ਤੁਸੀਂ ਖਾਸ ਕਰਕੇ ਗੱਲ ਕੀਤੀ ਹੈ ਪੁਲਿਸ ਦੀ ਕਿ ਜੇ ਕੱਲ੍ਹ ਨੂੰ ਕੋਈ ਉਨੀਕੀ ਹੋ ਜਾਂਦੀ ਤਾਂ ਪੁਲਿਸ ਵੀ ਆ ਕੇ ਯੂਨੀਵਰਸਿਟੀ ਪ੍ਰਸ਼ਾਸਨ ਹੈ ਜਿਹੜਾ ਉਹਨੂੰ ਸਵਾਲ ਕਰੇਗਾ ਪਰ ਜੇ ਆਪਾਂ ਗੱਲ ਕਰੀਏ ਕਿ ਅਕਸਰ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੱਗੋਂ ਲੰਘਦੇ ਹਾਂ ਕੋਈ ਨਾ ਕੋਈ ਖਬਰ ਆਉਂਦੀ ਹੈ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਤਾਂ ਉੱਥੋਂ ਆਪਾਂ ਪਹੁੰਚਦੇ ਹਾਂ ਤਕਰੀਬਨ ਆਪਣਾ ਰਾਤ ਨੂੰ ਵੀ ਆਉਣਾ ਜਾਣਾ ਬਣਿਆ ਰਹਿੰਦਾ ਤਾਂ ਤੁਸੀਂ ਕਦੇ ਇਹ ਚੀਜ਼ ਦੇਖੀ ਹੈ ਕਿ ਕਦੇ ਪੁਲਿਸ ਨੇ ਇਹ ਚੀਜ਼ ਧਿਆਨ ਦੇ ਵਿੱਚ ਲਿਆਂਦੀ ਹੈ ਕਿ ਉਹ ਇੱਕ ਵਿੱਦਿਅਕ ਅਦਾਰਾ ਹੈ ਪੰਜਾਬ ਦੀ ਮੇਨ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਕਦੇ ਕਿਸੇ ਨੇ ਉੱਥੇ ਪੁਲਿਸ ਦਾ ਨਾਕਾ ਲੱਗਿਆ ਦੇਖਿਆ ਕਦੇ ਕੋਈ ਉੱਥੇ ਇੱਕ ਪੁਲਿਸ ਮੁਲਾਜ਼ਮ ਖੜ੍ਹਾ ਹੋਇਆ ਦੇਖਿਆ ਜੇ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉੱਥੇ ਤਕਰੀਬਨ ਹਰ ਮੋੜ 'ਤੇ ਤੁਹਾਨੂੰ ਪੁਲਿਸ ਕਰਮੀ ਮਿਲਣਗੇ ਪਰ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਨੇੜੇ ਤੇੜੇ ਅਜਿਹਾ ਮਾਹੌਲ ਮੈਨੂੰ ਤਾਂ ਕਦੇ ਵੇਖਣ ਨੂੰ ਨਹੀਂ ਮਿਲਿਆ ਦੇਖੋ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਇਨਵੋਲਵ ਹੁੰਦਾ ਜਦੋਂ ਸੁਰੱਖਿਆ ਨੂੰ ਲੈ ਕੇ ਬਹੁਤ ਵੱਡਾ ਖਤਰਾ ਪੈਦਾ ਹੋ ਜਾਂਦਾ ਜਾਂ ਫਿਰ ਕੋਈ ਇਨਪੁੱਟ ਮਿਲਦੀ ਹੈ ਉਹਨੂੰ ਪੁਲਿਸ ਨੂੰ ਵੀ ਇਹ ਇਸ ਤਰ੍ਹਾਂ ਦਾ ਖਤਰਾ ਇਹਦੇ ਵਿੱਚ ਨੇੜੇ ਤੇੜੇ ਇਸ ਤਰ੍ਹਾਂ ਦੀ ਵਾਰਦਾਤ ਜਿਹੜੀ ਆ ਹੋਣ ਦਾ ਜਿਹੜਾ ਖਾਸਾ ਇੱਥੇ ਆਹ ਲੋਕ ਜਿਹੜੇ ਸ਼ੱਕੀ ਘੁੰਮਦੇ ਦੇਖੇ ਗਏ ਨੇ ਯੂਨੀਵਰਸਿਟੀ ਦੇ ਅੰਦਰ ਐਂਟਰ ਕੀਤੇ ਨੇ ਉਦੋਂ ਪੁਲਿਸ ਦਾ ਰੋਲ ਜਿਹੜਾ ਉੱਥੇ ਸਟਾਰਟ ਹੁੰਦਾ ਅਦਰਵਾਈਜ਼ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੀ ਸਿਕਿਉਰਿਟੀ ਵੱਖਰੀ ਹੈ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਸਿਕਿਉਰਿਟੀ ਲਗਾਈ ਹੈ ਕਿਉਂਕਿ ਯੂਨੀਵਰਸਿਟੀ ਦਾ ਕੈਂਪਸ ਬਹੁਤ ਵੱਡਾ ਹੈਗਾ ਸੈਂਕੜੇ ਏਕੜ ਦੇ ਵਿੱਚ ਫੈਲਿਆ ਹੋਇਆ ਉਹਨੂੰ ਲੈ ਕੇ ਯੂਨੀਵਰਸਿਟੀ ਦੇ ਅੰਦਰੂਨ ਸਿਕਿਉਰਿਟੀ ਜਿਹੜੀ ਹੈ ਉਹਨਾਂ ਦੀ ਆਪਣੀ ਹੈਗੀ ਹੈ ਇਸ ਕਰਕੇ ਪੁਲਿਸ ਦੀ ਇਨਵੋਲਵਮੈਂਟ ਜਦੋਂ ਅੰਦਰੂਨ ਸਿਕਿਉਰਿਟੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਲੈਪਸ ਹੁੰਦੀ ਹੈ ਤਾਂ ਉਦੋਂ ਬਾਅਦ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਰੋਲ ਪੁਲਿਸ ਪ੍ਰਸ਼ਾਸਨ ਦਾ ਸ਼ੁਰੂ ਹੁੰਦਾ ਜੀ ਇੱਕ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੀ ਵੀ ਗੱਲ ਸੁਣਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਜੀ ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਜੀ ਪਟਿਆਲਾ ਤੋਂ ਹੀ ਬੋਲ ਰਿਹਾ ਜੀ ਯੂਨੀਵਰਸਿਟੀ ਤੋਂ ਬੋਲ ਰਹੇ ਹਾਂ ਪਟਿਆਲਾ ਤੋਂ ਬਾਹਰ ਤੋਂ ਬੋਲ ਰਹੇ ਹਾਂ ਜੀ ਯੂਨੀਵਰਸਿਟੀ ਤੋਂ ਹੀ ਬੋਲ ਰਹੇ ਹਾਂ ਜੀ ਗੁਰਪ੍ਰੀਤ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਕੀ ਕਹਿਣਾ ਹੈ ਜੀ ਅੱਜ ਦੇ ਮੁੱਦੇ ਸਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜੋ ਬੱਚੇ ਪ੍ਰੋਟੈਸਟ ਕਰ ਰਹੇ ਨੇ 24 ਘੰਟੇ ਹੋਸਟਲ ਖੁੱਲਣਾ ਚਾਹੀਦਾ ਉਹਨਾਂ ਨੂੰ ਇੱਕ ਸਵਾਲ ਕੀਤਾ ਜਾਵੇ ਵੀ ਆਪਾਂ ਯੂਨੀਵਰਸਿਟੀ ਦੇ ਵਿੱਚ ਆਉਂਦੇ ਹਾਂ ਪੜ੍ਹਨ ਬਿਲਕੁਲ ਹਨਾ ਜੀ ਹੁਣ ਦੇਖੋ ਵੀ ਜੇ ਪੜ੍ਹਨ 'ਚ ਕੋਈ ਪ੍ਰੋਬਲਮ ਆਉਂਦੀ ਹੈ ਹਨਾ ਫਿਰ ਤਾਂ ਆਪਾਂ ਪ੍ਰੋਟੈਸਟ ਕਰੀਏ ਹੁਣ 6 ਵਜੇ ਸਵੇਰੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਖੁੱਲ੍ਹ ਜਾਂਦੀ ਹੈ ਹੋਸਟਲ ਸਵੇਰੇ 6 ਵਜੇ ਓਪਨ ਹੋ ਜਾਂਦਾ 8 ਵਜੇ ਲਾਇਬ੍ਰੇਰੀ ਬੰਦ ਹੁੰਦੀ ਹੈ 8 ਵਜੇ ਲਾਇਬ੍ਰੇਰੀ ਹੋਸਟਲ ਬੰਦ ਹੁੰਦਾ ਹੈ ਠੀਕ ਹੋ ਸਵੇਰੇ 6 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕਿੰਨਾ ਘੰਟਾ ਕਿੰਨਾ ਟਾਈਮ ਹੈ ਪੜ੍ਹਨ ਵਾਸਤੇ ਫਿਰ ਦੂਜੀ ਗੱਲ ਆਪਾਂ ਬੁੱਕਸ ਇਸ਼ੂ ਕਰਾ ਸਕਦੇ ਹਾਂ ਲਾਇਬ੍ਰੇਰੀ ਤੋਂ ਜੋ ਕਿ ਕੋਈ ਵੀ ਬੰਦਾ 6 ਬੁੱਕਸ ਕਰਾ ਸਕਦਾ ਇੱਕ ਕਾਰਡ ਤੋਂ ਠੀਕ ਹੈ ਉਹ ਆਪਾਂ ਰੂਮ 'ਚ ਜਾ ਕੇ ਪੜ੍ਹ ਸਕਦੇ ਹਾਂ ਫਿਰ ਹੋਰ ਗੱਲ ਆ ਗਈ ਜੇ ਆਪਾਂ ਕਹਿ ਜਾਵੇ ਰੂਮ ਦੇ ਵਿੱਚ ਬੈਠ ਕੇ ਨਹੀਂ ਪੜਿਆ ਜਾ ਸਕਦਾ ਹਰ ਹੋਸਟਲ ਦੇ ਵਿੱਚ ਕੁੜੀ ਆ ਜਾਂ ਮੁੰਡਾ ਉਹਦੇ ਵਿੱਚ ਰੀਡਿੰਗ ਰੂਮ ਬਣੇ ਹੋਏ ਨੇ ਫਿਰ ਜੇ ਇੱਕ ਹੋਰ ਕੀਤਾ ਜਾਵੇ ਉਹਨਾਂ ਦੀ ਕਪੈਸਿਟੀ ਫੁੱਲ ਹੋ ਜਾਂਦੀ ਆ ਠੀਕ ਹੈ ਫਿਰ ਹੋਸਟਲ ਦੇ ਜਿਹੜਾ ਆਪਾਂ ਯੂਨੀਵਰਸਿਟੀ ਦੇ ਵਿੱਚ ਦੇਖਿਆ ਜਾਵੇ ਇੱਕੋ ਹੀ ਰੀਡਿੰਗ ਰੂਮ ਹੈ ਜਿਹਦੀ ਕਪੈਸਿਟੀ ਮੈਕਸੀਮਮ ਲਾ ਲਓ 200 ਬੱਚਾ ਹੋ ਸਕਦਾ ਹੈ ਕਿ ਸਾਰੀ ਯੂਨੀਵਰਸਿਟੀ ਸਾਰੀਆਂ ਕੁੜੀਆਂ ਉੱਥੇ ਆ ਕੇ ਪੜ੍ਹ ਲੈਣਗੀਆਂ ਫਿਰ ਉਹ ਗੱਲ ਕਰਦੇ ਆ ਆਜ਼ਾਦੀ ਦੀ ਵੀ ਸਾਨੂੰ ਕੁੜੀਆਂ ਆਜ਼ਾਦੀ ਮੰਗਦੀਆਂ ਸਾਡੀ ਡਿਮਾਂਡ ਆਜ਼ਾਦੀ ਕਿ 24 ਘੰਟੇ ਬਾਹਰ ਰਹਿਣਾ ਹੀ ਆਜ਼ਾਦੀ ਹੈ ਯੂਨੀਵਰਸਿਟੀ ਦਾ ਟਾਈਮਿੰਗ ਵਧਾਉਣ ਦਾ ਉਦੋਂ ਵੀ ਇਹੀ ਬੱਚੇ ਸੀ ਜਿਨ੍ਹਾਂ ਦੀ ਕਿ ਮੈਕਸੀਮਮ ਲਿਮਿਟ 18-20 ਬੱਚੇ ਹੈ ਜਿਹਦੇ ਵਿੱਚ 7-8 ਕੁੜੀਆਂ ਤੇ ਹੁਣ ਵੀ ਉਹੀ ਬੱਚੇ ਹੈ ਇਹਨਾਂ ਨਾਲ ਫਿਰ ਜੇ 2 ਸਾਲਾਂ ਦੇ ਵਿੱਚ ਕੋਈ ਨਵਾਂ ਬੱਚਾ ਕਿਉਂ ਨੀ ਜੁੜ ਰਿਹਾ ਕਿਉਂ ਨੀ ਤੁਰ ਰਿਹਾ ਨਵੇਂ ਬੱਚੇ ਫਿਰ ਦੇਖੋ ਜੇ ਡਿਮਾਂਡ ਹੈ ਤਾਂ ਫਿਰ ਨਵੇਂ ਬੱਚੇ ਪ੍ਰੋਟੈਸਟ ਕਰਨਗੇ ਹੁਣ ਯੂਨੀਵਰਸਿਟੀ ਦੇ ਵਿੱਚ 2 ਦਿਨ ਲਈ ਛੁੱਟੀਆਂ ਹੋ ਜਾਂਦੀਆਂ ਠੀਕ ਹੈ ਜਦੋਂ ਛੁੱਟੀਆਂ ਹੋ ਜਾਂਦੀਆਂ ਜਿਨ੍ਹਾਂ ਨੇ ਪ੍ਰੋਟੈਸਟ ਕਰਨਾ ਹੱਕ ਲਈ ਲੜਨਾ ਉਹ ਫਿਰ ਉੱਥੇ ਬੈਠਦੇ
ਉਹ ਘਰ ਚੱਲ ਗਏ ਕਿਉਂਕਿ ਪਤਾ ਵੀ ਇਹ ਇੱਕ ਨਜਾਇਜ਼ ਡਿਮਾਂਡ ਹੈ ਜਿਹੜੀ ਮੰਨੀ ਜਾਂਦੀ, ਵਾਜਬ ਹੈ ਹੀ ਨੀ। ਫਿਰ ਆਪਣੇ ਪੇਰੈਂਟਸ ਜਿਹੜੇ ਬੱਚੇ ਬੈਠੇ ਨੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੇ ਪੇਰੈਂਟਸ ਅਲਾਓ ਕਰਦੇ ਨੇ। ਆਪਣਾ ਪਿੰਡਾਂ ਦੇ ਵਿੱਚ ਕੀ ਹੁੰਦਾ, ਇੱਕ ਸ਼ਾਮ ਨੂੰ 8 ਵਜੇ ਤੋਂ ਬਾਅਦ ਜੇ ਕਿਤੇ ਜਾਣਾ ਵੀ ਹੋਵੇ ਨਾ ਕੁੜੀ ਨੇ, ਉਹ ਕਹਿੰਦੇ ਆ ਕਿ ਇਹਦੇ ਪਾਪਾ ਮੈਨੂੰ ਛੱਡ ਕੇ ਆਓ। ਬਿਲਕੁਲ, ਈਵਨ ਕਿ ਆਪਾਂ ਜੇ ਕਿਸੇ ਵਿਆਹ ਦੇ ਫੰਕਸ਼ਨ ਤੇ ਜਾਣਾ ਵੀ ਪਾਪਾ ਜਾਂ ਵੀਰਾ ਮੈਨੂੰ ਛੱਡ ਕੇ ਆਓ, ਹਨਾ। ਇੱਥੇ ਆ ਕੇ ਆਪਾਂ ਆਜ਼ਾਦੀ ਗੱਲ ਕਰਦੇ। ਇੱਕ ਜੇ ਦੇਖੋ ਆਪਣਾ ਸਮਾਜ ਕਿੱਥੋਂ ਚੱਲਦਾ, ਘਰ ਤੋਂ। ਜੇ ਤੁਹਾਡੇ ਨਾਲ ਪੇਰੈਂਟਸ ਦੇ ਜਦੋਂ ਤੇ ਫਿਰ ਤੁਸੀਂ ਘਰੇ ਵੀ ਜਾਓ ਨਾ ਵੀ ਸਾਨੂੰ ਆਜ਼ਾਦੀ ਚਾਹੀਦੀ, ਪਾਪਾ ਮੈਂ ਤਾਂ ਜਰਾਤ ਨੂੰ ਆਉਂਦੀ ਨਹੀਂ। ਮੈਨੂੰ ਲੱਗਦਾ ਜਿਹੜੀ ਕਾਲ ਹੈ ਉਹ ਡ੍ਰੌਪ ਹੋ ਗਈ ਹੈ ਜੀ, ਤੇ ਨਹੀਂ ਨਹੀਂ ਜੀ ਆਫ ਨਹੀਂ ਹੋਈ ਹੈਗੀ ਜੀ। ਜੀ ਗੁਰਪ੍ਰੀਤ ਜੀ, ਆਪਾਂ ਕਿਵੇਂ ਜਾਇਜ਼ ਕੰਮ ਮੰਨ ਸਕਦੇ? ਫਿਰ ਇੱਕ ਹੋਰ ਫੈਕਟ ਹੈ ਜੀ, ਪਟਿਆਲਾ ਇੱਕ ਇਹੋ ਜਿਹੀ ਸਿਟੀ ਹੈ ਜਿਹੜੀ ਕਿ ਮੈਕਸਿਮਮ 9 ਵਜੇ ਸਾਰੀ ਆਫ ਹੋ ਜਾਂਦੀ ਹੈ, ਤੁਹਾਨੂੰ ਰੋਡ ਤੇ ਬੱਚਾ ਨਾ ਮਿਲੂਗਾ। ਬਿਲਕੁਲ ਠੀਕ ਹੈ। ਫਿਰ ਜਾਣਾ ਕਿੱਥੇ ਹੈ ਜੀ? ਪੜ੍ਹਨਾ ਦੇਖੋ, ਲਾਇਬ੍ਰੇਰੀ ਬੰਦ ਹੋਗੀ, ਪੜ੍ਹਨ ਲਈ ਨਹੀਂ ਜਾਣਾ, ਠੀਕ ਹੈ। ਕੋਈ ਆਊਟਿੰਗ ਹੈ, ਤੁਸੀਂ ਕਹਿੰਦੇ ਹੋ ਵੀ ਆਊਟਿੰਗ ਲਈ ਜਾਣਾ, ਪਹਿਲੀ ਗੱਲ ਤਾਂ ਉਹ ਜਾਇਜ਼ ਨਹੀਂ ਹੈਗੀ, ਕਿਉਂਕਿ ਰਾਤ ਨੂੰ ਸੌਣ ਵਾਸਤੇ ਜਾਂ ਆਊਟਿੰਗਾਂ ਕਰਨ ਵਾਸਤੇ ਜਿਹੜਾ ਬੱਚਾ ਸਵੇਰੇ 6 ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਪੜਿਆ, ਉਹ ਸੌਂਗਾ ਜਾਂ ਰਾਤ ਨੂੰ ਘੁੰਮੂਗਾ। ਗੁਰਪ੍ਰੀਤ ਜੀ, ਮੈਂ ਤੁਹਾਡੇ ਨਾਲ ਇੱਕ ਛੋਟਾ ਸਵਾਲ ਕਰਦਾ ਕਿ ਹਲੇ ਤੱਕ ਜਿਹੜਾ ਹੈ ਯੂਨੀਵਰਸਿਟੀ ਪ੍ਰਸ਼ਾਸਨ ਇਹਦੇ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਕਹਿਣਾ? ਯੂਨੀਵਰਸਿਟੀ ਪ੍ਰਸ਼ਾਸਨ ਕਹਿ ਰਿਹਾ ਜੀ, ਯੂਨੀਵਰਸਿਟੀ ਪ੍ਰਸ਼ਾਸਨ ਇਸ ਨੂੰ ਬਿਲਕੁਲ ਨਜਾਇਜ਼ ਮੰਗ ਰਿਹਾ, ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਨਹੀਂ ਚਾਹੁੰਦਾ ਉਹ ਰੈਸਟੀਗੇਟ ਕਰ ਸਕਦੇ ਆ, ਇੱਕ ਚੰਦ ਬੱਚਿਆਂ ਦਾ ਭਵਿੱਖ ਖਰਾਬ ਹੋ ਜੂਗਾ, ਕਿਉਂਕਿ ਉਹ ਸਾਡੇ ਮਾਂ ਬਾਪ ਨੇ, ਉਹ ਸਾਡੇ ਬਾਰੇ ਸੋਚਦੇ ਨੇ। ਨਹੀਂ 18 ਨੂੰ ਤਾਂ ਕਿੱਡੀ ਕੁ ਜੀ ਉਹ ਗੱਲ ਹੈ, ਯੂਨੀਵਰਸਿਟੀ ਪ੍ਰਸ਼ਾਸਨ ਰੈਸਟੀਗੇਟ ਕਰ ਦੂਗੀ, ਪੁਲਿਸ ਨੂੰ ਕਰੂਗੀ, ਉਹਨਾਂ ਬੱਚਿਆਂ ਨੂੰ ਬਾਹਰ ਕਰੋ। ਪਰ ਇਹ ਮਾਮਲਾ ਵੱਧਦਾ ਵੱਧਦਾ ਅੱਗੇ ਹੋਰ ਵੀ ਵੱਧ ਸਕਦਾ ਹੈ, ਤੁਸੀਂ ਇਹਦਾ ਹੱਲ ਕੀ ਦੱਸਦੇ ਹੋ ਜੀ? ਇਸ ਦਾ ਹੱਲ ਇਹ ਹੈ ਜੀ, ਦੇਖੋ ਯੂਨੀਵਰਸਿਟੀ ਦੇ ਵਿੱਚ 17 ਜਥੇਬੰਦੀਆਂ ਨੇ, ਇੱਕ ਜਥੇਬੰਦੀ ਦੇ ਵਾਸਤੇ ਇੱਕ ਜਥੇਬੰਦੀ ਇਸ ਨੂੰ ਪ੍ਰੋਟੈਸਟ, ਦੂਜੀਆਂ ਸਾਰੀ ਜਥੇਬੰਦੀਆਂ ਕਹਿ ਰਹੀਆਂ ਵੀ ਇਹ ਨਹੀਂ ਹੋਣਾ ਚਾਹੀਦਾ। ਹੁਣ ਦੇਖੋ ਵੀ ਮੈਜੋਰਟੀ ਕਿੱਧਰ ਹੈ। ਬਿਲਕੁਲ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਤੇ ਪਰ ਜਿਸ ਤਰ੍ਹਾਂ ਦੀ ਅੰਦਰ ਇਹ ਹਿੰਸਾ ਹੋਈ ਹੈ, ਇਹ ਹਿੰਸਾ ਜਿਹੜੀ ਹੈ ਇਹਦੇ ਬਾਰੇ ਯੂਨੀਵਰਸਿਟੀ ਦੇ ਅੰਦਰ ਜਿਹੜੇ ਪੜ੍ਹ ਰਹੇ ਨੇ ਬੱਚੇ ਨੇ, ਉਹਨਾਂ ਦਾ ਇਹਦੇ ਬਾਰੇ ਕੀ ਸੋਚ ਹੈ ਜੀ? ਦੇਖੋ ਜੀ, ਹਿੰਸਾ ਹੋਈ ਹੈ, ਪਹਿਲੀ ਗੱਲ ਤਾਂ ਇਹ ਦੇਖੋ ਜੀ, ਜਦੋਂ ਹੋਸਟਲ 8 ਵਜੇ ਬੰਦ ਹੋ ਗਿਆ, ਹਨਾ, 8 ਵਜੇ ਬੰਦ ਹੋ ਗਿਆ, ਹਿੰਸਾ ਕਿੰਨੇ ਵਜੇ ਹੁੰਦੀ ਹੈ? ਲੇਟ ਹੁੰਦੀ ਹੈ, ਠੀਕ ਹੈ। ਫਿਰ ਜੇ ਉੱਥੇ ਮੁੰਡੇ ਕੁੱਟੇ ਜਾਂਦੇ ਨੇ ਕੁੜੀਆਂ ਵੱਲੋਂ, ਠੀਕ ਹੈ, ਉਹ ਜਾ ਕੇ FIR ਦਰਜ ਕਰਾਉਂਦੇ ਨੇ, ਠੀਕ ਹੈ, ਉਹ ਪੂਰਾ ਵੀ ਆਪਣਾ ਲਾਅ ਐਂਡ ਆਰਡਰ ਨੂੰ ਦੇ ਅਕੋਰਡਿੰਗ ਚੱਲ ਰਹੇ ਨੇ। ਜੇ ਉਹਨਾਂ ਨਾਲ ਰਾਤ ਨੂੰ ਇਹ ਕਹਿ ਰਹੇ ਨੇ ਸਾਡੇ ਤੇ ਹਮਲਾ ਹੋਇਆ, ਜੋ ਵੀ ਉੱਥੇ ਪ੍ਰੋਟੈਸਟ ਕਰ ਰਹੇ ਸੀ, ਠੀਕ ਹੈ ਜੀ, ਜੇ ਹਮਲਾ ਹੁੰਦਾ ਫਿਰ ਉਹਦੀ ਕੋਈ FIR ਕੋਈ ਕੰਪਲੇਂਟ ਹੋਈ ਹੋਊਗੀ, ਉਹ ਕਿਉਂ ਨਹੀਂ ਕਰਵਾਈ ਗਈ? ਬੱਚਿਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ, ਬੱਚੇ ਡਰ ਰਹੇ ਨੇ ਯੂਨੀਵਰਸਿਟੀ 'ਚ ਆਉਣ ਲਈ, ਹੋਸਟਲ ਖਾਲੀ ਹੋ ਚੁੱਕੇ ਨੇ ਜੀ। ਪਰ ਇਹ ਵੀ ਪਤਾ ਲੱਗਿਆ ਕਿ ਅਗਲੇ ਦਿਨ ਜਿਹੜੀ ਰਿਪੋਰਟ ਹੈ ਉਹ ਹੋ ਚੁੱਕੀ ਸੀ, ਤੇ ਨਾਲ ਨਾਲ ਕਈ ਕੁੜੀਆਂ ਦੇ ਵੀ ਸੱਟਾਂ ਲੱਗੀਆਂ ਨੇ, ਕੁੜੀਆਂ ਤੇ ਵੀ ਹਮਲਾ ਹੋਇਆ। ਮੈਮ, ਕੁੜੀਆਂ ਤੇ ਹੁਣ ਦੇਖੋ, ਉੱਥੇ ਨਾ ਤਾਂ ਮੈਂ ਸੀ ਖੁਦ, ਠੀਕ ਹੈ, ਉੱਥੇ ਹੁਣ ਕੋਈ ਆ ਕੇ ਉੱਥੇ ਹਮਲਾ ਹੁੰਦਾ, ਪਹਿਲੀ ਗੱਲ ਤਾਂ ਇਹ ਦੇਖੋ ਜੀ, ਜੇ ਇਹ ਕਹਿ ਰਹੇ ਵੀ 250 ਬੱਚਾ, ਜੇ ਲਾਈਵ ਵੀਡੀਓ ਦੇਖੀ ਜਾਵੇ ਇਹਨਾਂ ਨੇ ਪਾਈਆਂ ਹੋਈਆਂ, 250 ਬੱਚੇ ਤੇ ਕਿਵੇਂ ਚੰਦ ਮੁੰਡੇ ਆ ਕੇ ਬਾਹਰੋਂ ਗੱਡੀਆਂ ਭਰ ਕੇ ਹਮਲਾ ਕਰ ਦੇਣਗੇ? ਨਹੀਂ, ਤੁਹਾਡਾ ਕਹਿਣ ਤੋਂ ਭਾਵ ਇਹ ਆ ਕਿ ਯੂਨੀਵਰਸਿਟੀ ਦੇ ਅੰਦਰੋਂ ਹੀ ਜਿਹੜਾ ਹਮਲਾ ਹੋਇਆ? ਨਹੀਂ, ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਜੀ, ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ, ਜੇ ਬਾਹਰੋਂ ਆਉਂਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ, ਜੇ ਅੰਦਰੋਂ ਆਉਂਦਾ ਤਾਂ ਫਿਰ ਇਹ ਬਕਾਇਦਾ ਉਹਨਾਂ ਤੇ FIR ਕਿਉਂ ਨਹੀਂ ਕਰਾਉਂਦੇ, ਕਿਉਂਕਿ ਅੰਦਰ ਲੈ ਹਰ ਇੱਕ ਸਟੂਡੈਂਟ ਨੂੰ ਆਪਾਂ ਜਾਣਦੇ ਹੁੰਦੇ ਹਾਂ। ਪਰ ਜੇ ਆਪਾਂ ਇਸ ਮਾਮਲੇ 'ਚ ਇਹ ਕਹਿੰਦੇ ਹਾਂ ਕਿ ਅੰਦਰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ, ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਜੋ ਪ੍ਰਸ਼ਾਸਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹਲੇ ਤੱਕ ਡਿਸੀਜਨ ਲਏ ਜਾਂਦੇ ਨੇ ਉਹਨਾਂ ਨਾਲ ਸਟੂਡੈਂਟਸ ਨੂੰ ਹਰ ਵਾਰ ਸਹਿਮਤ ਹੋਣਾ ਚਾਹੀਦਾ? ਕਿਉਂਕਿ ਜਦੋਂ ਤੁਹਾਡੇ ਇਹ ਸਵਾਲ ਦੇ ਵਿੱਚੋਂ ਹੀ ਇਹਦੇ ਜਵਾਬ ਨਿਕਲਦਾ ਹੈ ਕਿ ਇਹ ਜੇਕਰ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ, ਤਾਂ ਬਾਕੀ ਮਾਮਲੇ 'ਚ ਵੀ ਠਹਿਰਾਇਆ ਜਾਏਗਾ? ਪ੍ਰਸ਼ਾਸਨ, ਜਿੱਥੇ ਪ੍ਰਸ਼ਾਸਨ ਦਾ ਦੋਸ਼ ਹੈ ਉੱਥੇ ਉਹਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ, ਜਿੱਥੇ ਪ੍ਰਸ਼ਾਸਨ ਦੋਸ਼ੀ ਆ ਉੱਥੇ ਸਭ ਨੂੰ ਦੇਖੂ, ਉਹਨੂੰ ਪ੍ਰਸ਼ਾਸਨ ਦੋਸ਼ੀ ਹੈ ਤਾਂ ਉੱਥੇ ਦੋਸ਼ੀ ਹੈ। ਹੁਣ ਇੱਥੇ ਗੱਲ ਸੁਣੋ ਜੀ, ਇੱਕ ਗੱਲ ਸੁਣੋ, 24 ਘੰਟੇ ਸਪੋਜ਼ ਕਰੋ ਵੀ ਹੋ ਗਿਆ, ਸਪੋਜ਼ ਕਰੋ ਵੀ ਯੂਨੀਵਰਸਿਟੀ ਮੰਗ ਲੈ ਮੰਨ ਲੈਂਦੀ, ਕੱਲ੍ਹ ਨੂੰ ਯੂਨੀਵਰਸਿਟੀ ਦੇ ਵਿੱਚ ਇੱਕ ਕੁੜੀ ਨਾਲ ਕੋਈ ਅਣਸਖਾਵੀ ਯੂਨੀਵਰਸਿਟੀ ਦੇ ਬਾਹਰ ਹੋ ਜਾਂਦੀ ਹੈ, ਕੱਲ੍ਹ ਨੂੰ ਅਸੀਂ ਆਸਿਫਾ ਵਾਂਗ ਕੈਂਡਲ ਮਾਰਚ ਕਰਾਂਗੇ ਵੀ ਹਾਏ ਹਾਏ ਰੇਪ ਹੋ ਗਿਆ ਜੀ, ਬੋ ਹੋ ਗਿਆ, ਹਨਾ, ਫਿਰ ਉਹਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ? ਪਹਿਲਾਂ ਅਸੀਂ ਮੰਗ ਮਨਾ ਰਹੇ ਹਾਂ ਵੀ ਸਾਨੂੰ ਉਹ ਕਰੋ, ਫਿਰ ਆਪਾਂ ਪ੍ਰਸ਼ਾਸਨ ਨੂੰ ਦੂਜੂ ਕਰਾਂਗੇ, ਪ੍ਰਸ਼ਾਸਨ ਕਿੱਥੇ ਹੋਊਗਾ ਜੀ? ਮਤਲਬ ਕਿ ਤੁਸੀਂ ਇਹ ਸਮਝਦੇ ਹੋ ਕਿ ਇਸ ਵਕਤ ਜਿਹੜਾ ਹੈ ਉਹ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਉਹ ਬਿਲਕੁਲ ਸਹੀ ਨਹੀਂ ਹੈ, ਤੇ ਉਸੇ ਕਰਕੇ ਇਹ ਜਿਹੜੀ ਹੈ ਚਿੰਤਾ ਜ਼ਿਆਦਾ ਜ਼ਾਹਰ ਕੀਤੀ ਜਾ ਰਹੀ ਹੈ? ਇੱਕ ਚੀਜ਼ ਹੋਰ ਦੇਖੋ ਜੀ, PGU ਹੈ ਜੋ ਚੰਡੀਗੜ੍ਹ ਹੈ, ਉੱਥੋਂ ਦਾ ਜੇ ਆਪਾਂ ਦੇਖਿਆ ਜਾਵੇ ਪੁਲਿਸ ਪ੍ਰਸ਼ਾਸਨ ਆਪਣੇ ਨਾਲੋਂ ਘੱਟੋ ਘੱਟ ਨਾਂ ਵਾਲਾ 25-30% ਐਡਵਾਂਸ ਆ, ਉੱਥੇ ਵੀ ਨਹੀਂ ਹੈ ਰਾਤ ਨੂੰ ਤਾਂ। ਫਿਰ ਪੰਜਾਬ 'ਚ ਇੱਕ
ਫਿਰ ਦੇਖੋ ਜੀ ਪਟਿਆਲਾ ਜਿਹੜਾ ਸ਼ਹਿਰ ਹੀ ਰਾਤ ਨੂੰ 9 ਵਜੇ ਬੰਦ ਹੋ ਸਕਦਾ, ਉੱਥੇ ਰਾਤ ਨੂੰ 24 ਘੰਟੇ ਆਪਾਂ ਕਿਹੜੀ ਆਜ਼ਾਦੀ ਪਾ ਰਹੇ ਹਾਂ। ਸ਼ੁਕਰੀਆ ਜੀ ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ। ਸੋ ਇਹਨਾਂ ਨੇ ਜਿਹੜੇ ਮੁੱਦੇ ਚੱਕੇ ਨੇ, ਜੇਕਰ ਆਪਾਂ ਇਹ ਇਹਨਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰੀਏ ਤਾਂ ਆਪਣੀ ਜਗ੍ਹਾ ਦੇ ਉੱਤੇ ਇਹਨਾਂ ਦੀ ਵੀ ਚਿੰਤਾ ਜਿਹੜੀ ਆ ਉਹ ਬਿਲਕੁਲ ਸਹੀ ਹੈ, ਕਿਉਂਕਿ ਅੱਜ ਜੇਕਰ ਆਪਾਂ ਮਾਹੌਲ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਲੱਗ ਅਲੱਗ ਜਿਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ, ਹਿੰਸਾ ਦੀਆਂ ਘਟਨਾਵਾਂ ਹੋ ਰਹੀਆਂ ਨੇ, ਚੋਣਾਂ ਦਾ ਮਾਹੌਲ ਚੱਲ ਰਿਹਾ ਇਸ ਟਾਈਮ, ਤਾਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਗੈਂਗ ਵਾਰ ਹੋ ਰਹੀ ਹੈ, ਗੋਲੀਆਂ ਚੱਲ ਰਹੀਆਂ ਨੇ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ। ਸਰਕਾਰ ਜਿਹੜੀ ਹੈ ਉਹ ਬਿਜ਼ੀ ਹੈ ਬੇਅਦਬੀ ਕਾਂਡ ਦੇ ਮਾਮਲਿਆਂ ਦੇ ਵਿੱਚ, ਹੋਰਾਂ ਮਾਮਲਿਆਂ ਦੇ ਵਿੱਚ, ਆਪਣਾ ਵਿਰੋਧੀ ਧਿਰਾਂ ਨੂੰ ਜਿਹੜੀ ਹੈ ਉਹ ਉਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਦੇ ਵਿੱਚ। ਅਸਲ ਮੁੱਦੇ ਜਿਹੜੇ ਆ, ਜਿਹੜੀ ਗੱਲ ਇਹਨਾਂ ਦੇ ਉੱਤੋਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ, ਅਸਲ ਮੁੱਦੇ ਜਿਹੜੇ ਨੇ ਉਹ ਪਿੱਛੇ ਛੁੱਟ ਚੁੱਕੇ ਨੇ। ਲੋਕਾਂ ਨੂੰ ਸੁਰੱਖਿਆ ਦੇਣ ਦੀ ਜਿਹੜੀ ਜ਼ਿੰਮੇਵਾਰੀ ਸਰਕਾਰ ਹੈ ਉਹ ਇਸ ਟਾਈਮ ਜਿਹੜੀ ਉਹ ਪੂਰੀ ਨਹੀਂ ਕਰ ਪਾ ਰਹੀ, ਤਾਂ ਹੀ ਜਿਹੜਾ ਇਹ ਮਾਮਲਾ ਜਿਹੜਾ ਇੱਥੇ ਭੜਕ ਕੇ ਜਿਹੜਾ ਇਸ ਟਾਈਮ ਸਾਹਮਣੇ ਆ ਚੁੱਕਿਆ। ਹਾਲਾਤ ਇਹ ਬਣ ਚੁੱਕੇ ਨੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਆਪਣਾ ਤਰਕ ਦੇ ਰਿਹਾ, ਸਟੂਡੈਂਟਸ ਆਪਣਾ ਤਰਕ ਦੇ ਰਹੇ ਨੇ, ਅਸਲ ਸੱਚਾਈ ਇਹ ਹੈ ਕਿ ਸੁਰੱਖਿਆ ਮੁਹੱਈਆ ਕਰਾਉਣਾ ਸਰਕਾਰ ਦਾ ਕੰਮ ਹੈ ਜਿਹਦੇ ਸਰਕਾਰ ਕਿਤੇ ਨਾ ਕਿਤੇ ਫੇਲ ਹੈ ਜੀ। ਪਰ ਜਿੱਥੇ ਇਹਨਾਂ ਨੇ ਗੱਲ ਕੀ ਹੈ ਕਿ ਉਹੀ ਗੱਲ ਇਹਨਾਂ ਨੇ ਪਟਿਆਲਾ ਸ਼ਹਿਰ ਦੀ ਕੀਤੀ ਹੈ ਕਿ ਪਟਿਆਲਾ ਸ਼ਹਿਰ, ਖਾਸ ਕਰਕੇ ਆਪਾਂ ਗੱਲ ਕਰੀਏ ਕਿ ਪਟਿਆਲਾ ਯੂਨੀਵਰਸਿਟੀ ਹੈ ਜਿਹੜੀ ਬਹਾਦਰਗੜ੍ਹ ਏਰੀਏ ਦੇ ਵਿੱਚ ਪੈਂਦੀ, ਇੱਕ ਪੇਂਡੂ ਇਲਾਕਾ ਤਕਰੀਬਨ ਆਪਾਂ ਮੰਨ ਲਈਏ ਕਿ ਉਹ ਆ ਜਾਂਦਾ। ਪਰ ਜੇ ਆਪਾਂ ਸ਼ਹਿਰ ਦੀ ਵੀ ਗੱਲ ਕਰੀਏ ਤਾਂ ਉੱਥੇ ਵੀ ਇਹਨਾਂ ਦੀ ਗੱਲ ਬਿਲਕੁਲ ਸਹੀ ਹੈ ਕਿ 8:30 ਤੋਂ ਬਾਅਦ ਤਕਰੀਬਨ ਸਭ ਕੁਝ ਬੰਦ ਹੋ ਜਾਂਦਾ, ਲੋਕ ਆਪੋ ਆਪਣੇ ਘਰੇ ਵੜ ਜਾਂਦੇ ਨੇ, ਤਾਂ 24 ਘੰਟੇ ਮਤਲਬ ਹੋਸਟਲ ਖੁੱਲ੍ਹੇ ਰੱਖਣਾ ਮੁੰਡਿਆਂ ਦੇ ਵੀ ਅਤੇ ਕੁੜੀਆਂ ਦੇ ਵੀ, ਤਾਂ ਤੁਹਾਨੂੰ ਕੀ ਲੱਗਦਾ ਵੀ ਵਾਕਈ ਸਹੀ? ਦੇਖੋ ਗੱਲ ਇਹ ਆ, ਜਿੱਥੇ ਤੱਕ ਜਿਹੜੇ ਲੋਕ ਇਸ ਚੀਜ਼ ਦੀ ਮੰਗ ਕਰ ਰਹੇ ਨੇ ਕਿ ਇਹ ਹੋਸਟਲ ਖੁੱਲ੍ਹਣਾ ਚਾਹੀਦਾ, ਉਹ ਆਪਣੇ ਸੰਵਿਧਾਨ ਦੇ ਹੱਕ ਦੇ ਮੁਤਾਬਕ ਆਪਣੀ ਮੰਗ ਮੰਨ ਰਹੇ ਨੇ ਕਿ ਜੇਕਰ ਮੁੰਡਿਆਂ ਨੂੰ ਖੁੱਲ੍ਹ ਦਿੱਤੀ ਜਾ ਰਹੀ ਹੈ ਤਾਂ ਕੁੜੀਆਂ ਨੂੰ ਵੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ। ਉਹ ਆਪਣੀ ਜਗ੍ਹਾ ਦੇ ਉੱਤੇ ਕਿਤੇ ਨਾ ਕਿਤੇ ਇੱਕ ਤਰਕ ਦੇ ਤਹਿਤ ਜਿਹੜਾ ਉਹ ਇਹ ਗੱਲ ਕਰ ਰਹੇ ਨੇ। ਮੁੱਦਾ ਅਸਲ 'ਚ ਇਹ ਹੈ ਕਿ ਇਸ ਵੇਲੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਜਿਸਦੇ ਵਿੱਚ ਮਾਂ ਬਾਪ ਨੂੰ ਮੁੰਡਿਆਂ ਦੀ ਵੀ ਚਿੰਤਾ ਅਤੇ ਮਾਂ ਬਾਪ ਨੂੰ ਕੁੜੀਆਂ ਦੀ ਵੀ ਚਿੰਤਾ, ਮੁੰਡਿਆਂ ਬਾਰੇ ਹੋਰ ਚਿੰਤਾ, ਕੁੜੀਆਂ ਬਾਰੇ ਹੋਰ ਚਿੰਤਾ। ਸੋ ਜਿਹੜੀ ਮੇਨ ਗੱਲ ਹੈ, ਇਸ ਵਕਤ ਸਰਕਾਰ ਸੁਰੱਖਿਆ ਦੇਣ ਦੇ ਵਿੱਚ ਨਾਕਾਮ ਹੈ, ਜਿਸ ਕਰਕੇ ਇਸ ਜਦੋਂ ਸਰਕਾਰਾਂ ਸੁਰੱਖਿਆ ਦੇਣ ਦੇ ਮਾਮਲੇ 'ਚ ਨਾਕਾਮ ਰਹਿੰਦੀਆਂ ਨੇ ਤਾਂ ਉਦੋਂ ਇਸ ਤਰ੍ਹਾਂ ਦੇ ਮੁੱਦੇ ਉੱਠਦੇ ਨੇ, ਉਦੋਂ ਲੋਕ ਆਪਸ ਦੇ ਵਿੱਚ ਲੜਾਈ ਝਗੜਿਆਂ 'ਚ ਪੈ ਜਾਂਦੇ ਨੇ, ਉਦੋਂ ਲੋਕ ਆਪਣੇ ਫੈਸਲੇ ਆਪ ਕਰਨ ਲੱਗ ਜਾਂਦੇ ਨੇ। ਸੋ ਪ੍ਰਸ਼ਾਸਨ, ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਉਹਨੇ ਆਪਣਾ ਫੈਸਲਾ ਕੀਤਾ ਹੋਇਆ, ਲੇਕਿਨ ਜਦੋਂ ਮਾਮਲਾ ਇਸ ਤਰ੍ਹਾਂ ਦਾ ਉੱਠਿਆ ਤਾਂ ਉਹ ਜਿਹੜੇ ਅੰਦਰ ਵਿਦਿਆਰਥੀ ਗੁੱਟ ਨੇ ਉਹਨਾਂ ਨੇ ਆਪਣੇ ਆਪਣੇ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ। ਅਸਲ ਸੱਚ ਇਹ ਹੈ ਕਿ ਸਰਕਾਰ ਜਿਹੜੀ ਹੈ ਸੁਰੱਖਿਆ ਮੁਹੱਈਆ ਕਰਾਉਣ 'ਚ ਨਾਕਾਮ ਨਜ਼ਰ ਆ ਰਹੀ ਹੈ। ਬਿਲਕੁਲ, ਪਰ ਕੁਲਵੰਸ਼ੀ ਕੁਝ ਕੁ ਕੇਸ ਇੱਦਾਂ ਦੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਕੁਝ ਕੁ ਲੜਕੀਆਂ ਨੇ ਜਿਹੜੀਆਂ ਇਹ ਕਹਿੰਦੀਆਂ ਨੇ ਕਿ ਸਾਡੇ ਆਰਥਿਕ ਹਾਲਾਤ ਥੋੜ੍ਹੇ ਖਰਾਬ ਨੇ, ਕਿ ਯੂਨੀਵਰਸਿਟੀਆਂ ਵੱਲੋਂ ਵੀ ਪ੍ਰੋਪਰ ਵਜ਼ੀਫੇ ਵਗੈਰਾ ਨਹੀਂ ਦਿੱਤੇ ਜਾਂਦੇ, ਉਹ ਵੀ ਜਿਹੜੀਆਂ ਸਹੂਲਤਾਂ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ, ਕਈ ਤਰ੍ਹਾਂ ਦੀਆਂ ਜਿਹੜੀਆਂ ਫੀਸਾਂ ਨੇ ਉਹ ਮਾਫ਼ ਨਹੀਂ ਕੀਤੀਆਂ ਜਾਂਦੀਆਂ, ਸਾਡੇ ਅਸੀਂ ਜਿਹੜਾ ਪੜ੍ਹਨਾ ਚਾਹੁੰਦੇ ਹਾਂ ਪਰ ਸਾਨੂੰ ਪ੍ਰੋਪਰ ਉਹ ਸਾਰਾ ਕੁਛ ਸੁੱਖ ਸਹੂਲਤਾਂ ਨਹੀਂ ਮਿਲ ਸਕਦੀਆਂ, ਜਿਸ ਕਰਕੇ ਅਸੀਂ ਪਾਰਟ ਟਾਈਮ ਕੰਮ ਕਰਨਾ ਚਾਹੁੰਦੇ ਹਾਂ, ਕਿ ਤਾਂ ਕਰਕੇ ਵੀ ਸਾਨੂੰ ਕਿਤੇ ਨਾ ਕਿਤੇ ਇਹ ਚਾਹੀਦਾ ਕਿ ਅਸੀਂ 4 ਤੋਂ 5 ਘੰਟੇ ਬਾਹਰ ਰਹਿ ਕੇ ਕੰਮ ਕਰ ਸਕੀਏ। ਦੇਖੋ ਇਹਦੇ ਬਾਰੇ ਮੈਂ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਕਿ ਅੰਡਰਟੇਕਿੰਗ ਲੈਣੀ ਪਏਗੀ ਕਿ ਉਹ ਯੂਨੀਵਰਸਿਟੀ ਪ੍ਰਸ਼ਾਸਨ ਉਹਨਾਂ ਤੋਂ ਅੰਡਰਟੇਕਿੰਗ ਲੈਂਦਾ, ਲੇਕਿਨ 1, 2, 10 ਕੇਸਾਂ ਜਾਂ 20 ਕੇਸਾਂ ਜਾਂ 50 ਕੇਸਾਂ ਵਾਸਤੇ ਯੂਨੀਵਰਸਿਟੀ ਜਿਹੜੀ ਹੈ ਉਹ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਬਦਲ ਪਾਉਂਦੀ ਜੀ, ਕਿਉਂਕਿ ਜੇਕਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਉਹ ਹਰੇਕ ਦੂਜਾ ਸਟੂਡੈਂਟ ਇਹ ਉੱਠ ਕੇ ਕਹਿਣਾ ਸ਼ੁਰੂ ਕਰ ਦੇਗਾ ਕਿ ਸਾਡੀ ਆਹ ਮਜਬੂਰੀ ਹੈ ਜੀ, ਸਾਡੀ ਆਹ ਮਜਬੂਰੀ, ਹਰ ਬੰਦਾ ਆਪੋ ਆਪਣੀ ਮਜਬੂਰੀ ਦੱਸ ਕੇ ਉਹ ਆਪਣੇ ਸਾਧਨ ਆ ਜਾਏਗਾ। ਲੇਕਿਨ ਸਭ ਤੋਂ ਅਹਿਮ ਜਿਹੜੀ ਗੱਲ ਹੈ ਉਹ ਹੈਗੀ ਹੈ ਸੁਰੱਖਿਆ, ਸੁਰੱਖਿਆ ਨੂੰ ਲੈ ਕੇ ਨਾ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਜਿਹੜਾ ਉਹ ਇਸ ਲਈ ਕੋਈ ਉਹ ਚਾਂਸ ਲੈਣਾ ਚਾਹੁੰਦਾ, ਨਾ ਹੀ ਜਿਹੜਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਉਸਨੂੰ ਚਾਂਸ ਲੈਣਾ ਚਾਹੁੰਦਾ, ਸਟੂਡੈਂਟਸ ਦੇ ਜਿਹੜੇ ਮਾਂ ਬਾਪ ਨੇ ਉਹ ਵੀ ਚਾਂਸ ਨਹੀਂ ਲੈਣੇ ਚਾਹੀਦੇ। ਜਦੋਂ 3 ਧਿਰਾਂ ਜਦੋਂ ਇਸ ਚੀਜ਼ ਦੇ ਚਾਂਸ ਲੈਣ ਨੂੰ ਨਹੀਂ ਚਾਹੁੰਦੀਆਂ ਵੱਡੀਆਂ ਧਿਰਾਂ ਨੇ, ਤਾਂ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਸਟੂਡੈਂਟ ਦੀ ਗੱਲ ਜਿਹੜੀ ਮੰਨੀ ਜਾਏਗੀ ਜੀ। ਵਾਕਈ ਤੇ ਸਟੂਡੈਂਟ ਦੀ ਗੱਲ ਮੰਨੀ ਜਾਂਦੀ ਹੈ, ਪ੍ਰਸ਼ਾਸਨ ਆਪਣੀ ਗੱਲ ਪੁਗਾਉਂਦਾ, ਮਾਪੇ ਕੀ ਕਹਿੰਦੇ ਨੇ, ਬਹੁਤ ਸਾਰੇ ਸਵਾਲ ਨੇ ਹਲੇ ਜਿਨ੍ਹਾਂ ਦੇ ਜਵਾਬ ਸਾਨੂੰ ਚਾਹੀਦੇ ਨੇ, ਬੱਚਿਆਂ ਨੂੰ ਚਾਹੀਦੇ ਨੇ, ਮਾਪਿਆਂ ਨੂੰ ਵੀ ਚਾਹੀਦੇ ਨੇ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦੇ ਨੇ ਅਤੇ ਸਾਡੇ ਦਰਸ਼ਕਾਂ ਨੂੰ ਵੀ ਚਾਹੀਦੇ ਨੇ। ਅਤੇ ਵੇਲਾ ਹੋ ਚੱਲਿਆ ਜੀ ਸਮਾਪਤੀ ਦਾ, ਕੁਲਵੰਸ਼ੀ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰ ਦੇਵਾਂ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਦਰਸ਼ਕਾਂ ਦੀਆਂ ਗੱਲਾਂ ਸੁਣੀਆਂ ਅਤੇ ਉਹਨਾਂ ਦੇ ਮਤਲਬ ਸੈਟਿਸਫੈਕਸ਼ਨ ਕਰਵਾਈ ਕਿ ਹਾਂ ਵਾਕ
ਉੱਥੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਿਲਕੁਲ ਜੋ ਸਾਡਾ ਫਰਜ਼ ਹੈ ਉਹਦੇ ਨਾਲ ਸਿਰਫ ਇੱਥੇ ਜਵਾਬ ਦੇਣਾ ਨਹੀਂ ਹੈ ਉਹਨਾਂ ਦੇ ਗੱਲ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਸੰਤੁਸ਼ਟ ਕਰਨਾ ਵੀ ਜਿਹੜਾ ਸਾਡਾ ਇੱਥੇ ਮਕਸਦ ਹੈ ਜੀ ਬਿਲਕੁਲ ਸੋ ਗੱਲਾਂ ਹਲੇ ਬਹੁਤ ਸਾਰੇ ਮੁੱਦੇ ਸੀਗੇ ਸਾਡੇ ਜਿਹੜੇ ਬਾਕੀ ਰਹਿ ਗਏ ਨੇ ਸਕਰੀਨ 'ਤੇ ਲਗਾਤਾਰ ਫਲੈਸ਼ ਵੀ ਹੋ ਰਹੇ ਨੇ ਅਤੇ ਕੱਲ੍ਹ ਦੇ ਮੁੱਦੇ ਦੇ ਵਿੱਚ ਅਸੀਂ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਵੀ ਗੱਲ ਕਰਨੀ ਹੈ ਕਰਤਾਰਪੁਰ ਲਾਂਘੇ 'ਤੇ ਵੀ ਗੱਲ ਕਰਨੀ ਹੈ ਬਹੁਤ ਸਾਰੇ ਹੋਰ ਮੁੱਦੇ ਨੇ ਜਿਨ੍ਹਾਂ 'ਤੇ ਆਪਾਂ ਗੱਲ ਕਰਨੀ ਹੈ ਜੀ ਸੋ ਤੁਸੀਂ ਸਾਡੇ ਨਾਲ ਬਣਿਆ ਕਰੋ ਪ੍ਰੋਗਰਾਮ ਲਾਈਵ ਹੁੰਦਾ ਜੀ ਕਾਲ ਕਰਿਆ ਕਰੋ ਅਤੇ ਸਮਾਂ ਜਿਹੜਾ ਉਹ ਵੀ ਨੋਟ ਕਰ ਲਓ ਕਿ ਮਿਲਣਾ ਜੀ ਆਪਾਂ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਅਤੇ ਅੱਜ ਦੇ ਲਈ ਇੰਨਾ ਹੀ ਅਤੇ ਹੁਣ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਆਪਾਂ ਕੱਲ੍ਹ ਸਤਿ ਸ਼੍ਰੀ ਅਕਾਲ ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।